ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਰਨਜੀਤ ਨਗਾਰਾ ਬਿਗਰਮ ਸਿੰਘ ਦੇ ਨਾਲ ਲੈ ਕੇ ਆਏ ਆ ਜੀ ਸਕਾਈਲ ਚੈਨਲ 774 ਦੇ ਉੱਤੇ ਪੰਜਾਬ ਦੀਆਂ ਰਾਜਨੀਤਿਕ ਖਬਰਾਂ ਆ ਕੱਲ ਰੋਜ਼ ਦੀਆਂ ਲੰਗੀਆਂ ਹੋਈਆਂ ਰਾਜਨੀਤਿਕ ਖਬਰਾਂ ਤੇ ਆਪਾਂ ਚਰਚਾ ਕਰਦੇ ਆਂ ਕੁਝ ਇਤਿਹਾਸ ਦੇ ਵਿੱਚ ਉਹ ਗੱਲਾਂ ਲੈ ਕੇ ਆਉਨੇ ਆ ਤੇ ਉਹਨੂੰ ਮੈਚ ਕਰਦੇ ਆਂ ਅੱਜ ਦੇ ਵਰਤਮਾਨ ਦੇ ਨਾਲ ਤਾ ਜੋ ਪੰਜਾਬ ਦੇ ਲੋਕਾਂ ਦਾ ਰਾਜਨੀਤਿਕ ਪਵਿੱਖ ਘੜਿਆ ਜਾ ਸਕੇ ਸੋ ਅੱਜ ਦੀ ਮੌਜੂਦਾ ਸਰਕਾਰ ਬਹੁਤ ਸਾਰੇ ਵੀਰਾਂ ਦੀਆਂ ਕਾਲਾਂ ਵੀ ਆਈਆਂ ਉਹ ਕਹਿੰਦੇ ਜੀ ਪਿਛਲਿਆਂ ਦਾ ਲੇਖਾ ਜੋਖਾ ਨਹੀਂ ਦੱਸਦੇ ਤੇ ਜਿੱਦਣ ਪਿਛਲੇ ਤਾਕਤ ਦੇ ਵਿੱਚ ਸੀ ਉਹਨਾਂ ਦਾ ਲੇਖਾ ਜੋਖਾ ਦੱਸਿਆ ਅਸਲ ਗੱਲ ਤਾਂ ਤਾਂ ਬਣਦੀ ਹੈ ਕਿ ਜਿਹੜੇ ਤਾਕਤ ਦੇ ਵਿੱਚ ਹੁਣ ਉਹਨਾਂ ਨੂੰ ਜਵਾਬਦੇਹ ਕੀਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਦੱਸੋ ਭਾਈ ਤੁਹਾਡੀਆਂ ਪਾਲਿਸੀਆਂ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਵਾਅਦਿਆਂ ਤੋਂ ਮੁੱਕਰ ਗਏ ਹੋ ਪਿਛਲਿਆਂ ਨੂੰ ਲਾਮਾ ਦੇਈ ਜਾਂਨੇ ਹੋ ਉਹਨਾਂ ਨੇ 70 ਸਾਲਾਂ ਚ ਆਹ ਕਰ ਦਿੱਤਾ ਇੱਥੇ ਕਰ ਦਿੱਤਾ ਅਸੀਂ ਆ ਦੇਖੋ ਨਵੀਂ ਪਾਲਿਸੀ ਲੈ ਆਉਂਨੇ ਆ ਤੇ ਫਿਰ ਸਾਡਾ ਫਰਜ਼ ਬਣਦਾ ਕਿ ਉਹ ਨਵੀਂ ਪਾਲਿਸੀ ਦੇ ਉੱਤੇ ਚਰਚਾ ਕਰਕੇ ਲੋਕਾਂ ਨੂੰ ਇੱਕ ਵਾਰੀ ਦੱਸਤਾ ਦੇਈਏ ਕਿ ਆਉਣ ਵਾਲੇ ਭਵਿੱਖ ਚ ਸਿੱਟੇ ਕੀ ਨਿਕਲਣੇ ਨੇ ਇਹਦੇ ਰਿਜ਼ਲਟ ਕੀ ਨਿਕਲਣੇ ਨੇ ਇਹਦੇ ਇੱਕ ਉਦਾਹਰਨ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਫਿਰ ਅੱਜ ਤੁਹਾਨੂੰ ਇੱਕ ਖੁਸ਼ਖਬਰੀ ਦੀ ਖਬਰ ਵੀ ਸੁਣਾਉਣੀ ਹੈ ਖੁਸ਼ਖਬਰੀ ਬਹੁਤ ਵੱਡੀ ਆਈ ਹੋਈ ਹੈ ਪੰਜਾਬ ਦੇ ਵਿੱਚੋਂ ਉਹ ਵੀ ਤੁਹਾਨੂੰ ਖਬਰ ਸੁਣਾਉਨੇ ਆ ਉਦਾਹਰਨ ਲੈ ਲਈਏ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਅਕਾਲੀ ਵਜ਼ੀਰ ਬੈਠੇ ਸਨ ਤੇ ਉਹਨਾਂ ਨੇ ਇੱਕ ਮਤਾ ਲਿਆਂਦਾ ਤੇ ਮਤੇ ਦੇ ਉੱਤੇ ਬੜੇ ਜਕਾਰੇ ਛੱਡੇ ਗਏ ਜਕਾਰਿਆਂ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਜੈ ਹੋਗੀ ਜੈ ਹੋਗੀ ਅਸੀਂ ਦੇਖੋ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਬਿੱਲ ਮਾਫ ਹੋ ਗਏ ਫਿਰ ਤਾਂ ਕਿਸਾਨ ਖੁਸ਼ਹਾਲ ਹੋ ਗਿਆ ਦੇਖੋ ਬਿੱਲ ਕਿੰਨਾ ਵੱਡਾ ਅਜ ਅਜ ਦੀ ਤਰੀਕੇ ਚ ਕਿਸਾਨਾਂ ਦੇ ਬਿਜਲੀ ਦੇ ਬਿੱਲ ਆਉਣ ਤਾਂ 10-10 ਹਜ਼ਾਰ ਬਿੱਲ ਆਵੇ ਕਿਸਾਨ ਕਿੱਥੋਂ ਦੇ ਲੂਗਾ ਜਿਹਦੀ ਬੋਰੀ ਦਾ ਰੇਟ ਹੀ 1900 ਰੁਪਇਆ 1940 ਰੁਪਇਆ ਹੁਣ ਵੱਧ ਕੇ 2040 ਰੁਪਇਆ ਹੋਇਆ ਦੇਖੋ 100 ਰੁਪਇਆ ਦਿੱਤਾ ਉਹਨਾਂ ਨੇ 240 ਰੁਪਇਆ ਕਰ ਦਤਾ ਹੈ ਇੰਨਾ ਪੈਸਾ ਵੱਧ ਗਿਆ ਉਹਨਾਂ ਦੀਆਂ ਪਰਬੂਰੀ ਦੇ ਪਿੱਛੇ ਕਿ ਉਹ ਬਿੱਲ ਜਿਹਦੇ ਵਰਜੀ ਦੇਈ ਜਾਣ ਹੁਣ ਸੋ ਬਿੱਲ ਮਾਫ ਹੋਏ ਅਕਾਲੀ ਸਰਕਾਰ ਸਮੇ ਹੁਣ ਕਾਂਗਰਸ ਦੀ ਸਰਕਾਰ ਆ ਗਈ ਕਾਂਗਰਸ ਦੀ ਸਰਕਾਰ ਕਹਿੰਦੀ ਵੀ ਜੇ ਬਿੱਲ ਲਾਏ ਤਾਂ ਲੋਕ ਬਾਗੀ ਲੋਕਾਂ ਦਾ ਗੁੱਸਾ ਕਿ ਨਜ਼ਰਾਂਗੇ ਉਹ ਕਹਿੰਦੇ ਜੀ ਨਾ ਬਿੱਲ ਨਹੀਂ ਲਾਗੂ ਹੋਣੇ ਸਗੋਂ ਅਸੀਂ ਕਿਸਾਨਾਂ ਦਾ ਕਰਜ਼ਾ ਵੀ ਮਾਫ ਕਰ ਦੇਣਾ ਕਰਜ਼ਾ ਵੀ ਮਾਫ ਹੋ ਗਿਆ ਛੋਟੇ ਕਿਸਾਨਾਂ ਦਾ ਸੋ ਛੋਟੇ ਕਿਸਾਨਾਂ ਦਾ ਕਰਜ਼ਾ ਵੀ ਮਾਫ ਕਰ ਦਿੱਤਾ ਹੁਣ ਇਸ 3 ਸਰਕਾਰ ਬਦਲਾਵ ਵਾਲੀ ਉਹ ਕਹਿੰਦੇ ਜੀ ਇਹ 70 ਸਾਲਾਂ ਚ ਇਹਨਾਂ ਨੇ ਲੁੱਟਿਆ ਉਹਨਾਂ ਨੇ ਕਿਹਾ ਜੀ ਅਸੀਂ ਅਸੀਂ ਘਰਾਂ ਦੇ ਬਿੱਲ ਵੀ ਮਾਫ ਕਰ ਦਿੱਤੇ ਹੁਣ ਮੋਟਰਾਂ ਦੇ ਬਿੱਲ ਮਾਫ ਕਰਜ਼ਾ ਮਾਫ ਤੇ ਘਰਾਂ ਦੇ ਬਿੱਲ ਮਾਫ ਇਤੋਂ ਵੱਡੀ ਸਹੂਲਤ ਕੀ ਮਿਲ ਸਕਦੀ ਆ ਅਮਰੀਕਾ ਕੈਨੇਡਾ ਵਾਲੋ ਐਮੀ ਤੱਕੇ ਖਾਈ ਜਾਣੀ ਹੋ ਇੱਥੇ ਇੰਗਲੈਂਡ ਵਾਲੇ ਵੀ ਭਰਾਵੋ ਸਵੇਰੇ ਤੁਸੀਂ 5 ਵਜੇ ਸ਼ਿਫਟ ਸ਼ੁਰੂ ਕਰ ਲੈਣੇ ਹੋ ਸ਼ਾਮ ਦੇ 7 ਵਜੇ ਜਾਂਦੇ ਨੇ ਤੁਹਾਨੂੰ ਨਹੀਂ ਪਤਾ ਸੁੱਧ ਬੁੱਧ ਵੀ ਦੁਨੀਆ ਕਿੱਥੇ ਤੁਰੀ ਫਿਰਦੀ ਐ ਬੌਰਿਸ ਜੌਨਸਨ ਦੀ ਸਰਕਾਰ ਦੇ ਦੋ ਮੰਤਰੀਆਂ ਨੇ ਅਸਤੀਫਾ ਦੇਤਾ ਐ ਕਿਸੇ ਨੇ ਰੱਖ ਲਿਆ ਸਰਕਾਰ ਟੁੱਟੂਗੀ ਬਣੂਗੀ ਬੀਬੀਜੀ ਦੇ ਕੀ ਰਿਪੋਰਟ ਆ ਜਾਂਦਾ ਯੂਕਰੇਨ ਚ ਕੀ ਹਾਲਾਤ ਨੇ ਰਸ਼ੀਆ ਕਿੱਥੇ ਤੁਰਿਆ ਫਿਰਦਾ ਪਾਣੀ ਕਿਧਰੋਂ ਕਿਧਰ ਨੂੰ ਚਲ ਗਿਆ ਕਿਹੜੀ ਨਹਿਰ ਪੱਕੀ ਕਰਾਤੀ ਤੁਹਾਨੂੰ ਕੋਈ ਇਲਮ ਨਹੀਂ ਸਵੇਰੇ ਹੀ ਵਗ ਜਾਂਦੇ ਹੋ ਥੱਕ ਟੁੱਟ ਕੇ ਆਉਂਦੇ ਹੋ ਤੇ ਜਦੋਂ ਮੋਰੇ ਆਣ ਕੇ ਡੋਰ ਖੋਲਦੇ ਹੋ ਉੱਥੇ ਪਾਣੀ ਦਾ ਬਿੱਲ ਪਿਆ ਹੁੰਦਾ ਹੈ ਉੱਥੇ ਮੋਰਗੇਜਾਂ ਪਈਆਂ ਹੁੰਦੀਆਂ ਨੇ ਘਰਾਂ ਦੇ ਬਿੱਲ ਪਏ ਹੁੰਦੇ ਨੇ ਬਿਜਲੀ ਬੱਤੀ ਦੇ ਵੀ ਬਿੱਲ ਪਏ ਹੁੰਦੇ ਨੇ ਬੈਂਕ ਵਾਲਿਆਂ ਨੇ ਵੀ ਕਹਾਂ ਹੁੰਦਾ ਵੀ ਤੇਰੀ ਘਰ ਦੀ ਵੀ ਪੇਮੈਂਟ ਪਈ ਹੈ ਕਾਕਾ ਜੀ ਛੇਤੀ ਲੈ ਕੇ ਆਓ ਨਹੀਂ ਤਾਂ ਉੱਪਰ ਵੀ 100 ਪਾਉਂਡ ਹੋਰ ਪੈ ਜੂ ਤੁਹਾਨੂੰ ਉੱਪਰੋਂ ਗਰੋਸਰੀ ਵਾਲਿਆਂ ਨੇ ਵੀ ਬਿੱਲ ਕੱ ਲਿਆ ਹੁੰਦਾ ਲਾਲਾ ਜੀ ਨੇ ਵੀ ਭਾਈ ਇਹ ਪਿੰਡ ਵਾਲਾ ਲਾਲਾ ਥੋੜੀਆ ਮਹੀਨੇ ਤੱਕ ਕਰਨਾ ਤੁਸੀਂ ਦਵਾ-ਦਵ ਕਾਰਡਾਂ ਕ੍ਰੈਡਿਟ ਕਾਰਡਾਂ ਦੇ ਬਿੱਲ ਤਾਰੋ ਇੰਨਾ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਜਾ ਕੇ ਬਿੱਲ ਹੁਣ ਪੰਜਾਬ ਦੇਖੋ ਤੁਸੀਂ ਅਕਾਲੀਆਂ ਦੀ ਸਰਕਾਰ ਨੇ ਬਿਜਲੀ ਦੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਬਹੁਤ ਵਧੀਆ ਗੱਲ ਹੈ ਕੈਪਟਨ ਸਰਕਾਰ ਨੇ ਕਰਜ਼ੇ ਮਾਫ ਕਰ ਦਿੱਤੇ ਬਹੁਤ ਵਧੀਆ ਗੱਲ ਹੈ ਆਪ ਦੀ ਝਾੜੂ ਸਰਕਾਰ ਨੇ ਉਹਨਾਂ ਨੇ ਘਰਾਂ ਦੇ ਬਿੱਲ ਮਾਫ਼ ਕਰ ਦਿੱਤੇ ਇਤੋਂ ਹੋਰ ਵੱਡੀ ਚੀਜ਼ ਕੀ ਚਾਹੀਦੀ ਸਾਰੇ ਦੇ ਸਾਰੇ ਪੈਸੇ ਜੇਬ 'ਚ ਪੈ ਹੁਣ ਭਾਵੇਂ ਰਾਸ਼ਨ ਦਾ ਬਿੱਲ ਦੇ ਲਾਂਗੇ ਰਾਸ਼ਨ ਘਰੇ ਘਰ ਦੀ ਕਣਕ ਐ ਨਾ ਮੁੱਲ ਥੋੜੀ ਲੈਣ ਜਾਣੀ ਐ ਅਚਾਰ ਘਰ ਦਾ ਆਂਬ ਘਰ ਦੇ ਖੇਤੀਬਾੜੀ ਹੁਣ ਇੰਗਲੈਂਡ ਤੋਂ ਜਾਉਂਗੇ ਤੇ ਮੋਟਰ ਦੇ ਉੱਤੇ ਆਂਬੂੰਬਾ ਤਾਂ ਲੱਗੇ ਹੀ ਹੋਣੇ ਉਹਦਾ achar ਪਾ ਲਾਂਗੇ ਕਣਕ ਘਰ ਦੀ ਹੋਗੀ ਬੱਸ ਸੌਣ ਦੇ ਪੈਸੇ ਰਹਿ ਗਏ ਐਡੀ ਤਕਲੀਫ ਝੱਲਣ ਤੋਂ ਬਾਅਦ ਇੱਥੇ ਤੰਗ ਪਰੇਸ਼ਾਨ ਹੋਣਦੇ ਹਾਂ ਪੰਜਾਬ ਚ ਜਾ ਕੇ ਰਹੀਏ ਸਾਰੇ ਬਿੱਲ ਮਾਫ ਹਾਂ ਬੀਬੀਆਂ ਬੀਬੀਆਂ ਨੂੰ ਬਸਾਂ ਜਿਹਾ ਵਰ ਫਰੀ ਇੰਨੀ ਸਹੂਲਤ ਨੌਜਵਾਨਾਂ ਨੂੰ ਤੁਹਾਡੇ ਬੱਚਿਆਂ ਨੂੰ ਸਕੂਲੇ ਵਰਦੀ ਮਿਲਣੀ 8ਵੀਂ ਤੱਕ ਵਰਦੀ ਫਰੀ ਮਿਲਣੀ ਆ ਇੱਥੇ ਨਿਆਣਿਆਂ ਦੇ ਚਾਹੀ ਨਹੀਂ ਪੂਰੇ ਹੁੰਦੇ ਵੀ ਪਾਪਾ ਮੈਨੂੰ ਆ ਲੈ ਦਿਓ ਬਾਪੂ ਜੀ ਐਤ ਕੀ ਮੇਰੇ ਨਾਲ ਚਲਿਓ ਮੈਨੂੰ ਚਪਲਾਂ ਦਾ ਜੋੜਾ ਲੈ ਦਿਓ ਮੈਨੂੰ ਬੂਟ ਲੈ ਦਿਓ ਉੱਥੇ ਬੂਟ ਵੀ ਫਰੀ ਮਿਲਨੇ ਨਿਆਣਿਆਂ ਨੂੰ ਵਰਦੀਆਂ ਫ੍ਰੀ ਮਿਲਣੀਆਂ ਕੁੜੀਆਂ ਨੂੰ ਸਾਡੀਆਂ ਬੱਚੀਆਂ ਨੂੰ ਭੈਣਾ ਨੂੰ ਹਜ਼ਾਰ-ਹਜ਼ਾਰ ਰੁਪਈਆ ਮਿਲਣਾ ਇੱਥੇ ਭੈਣਾ ਸਵੇਰੇ ਹੀ ਘਰ ਦਾ ਵੀ ਦੇਖਦਾ ਵੀ ਤੂੰ ਕੰਮ ਤੇ ਚੱਲੀ ਹੈ ਤੇ ਰੋਟੀ ਲਾ ਕੇ ਜਾਈ ਪਹਿਲਾਂ ਦੋ ਫੁਲਕੇ ਲਾ ਕੇ ਦੋ ਮੈਨੂ ਫੁਲਕੇ ਇੱਕ ਆਂਡਿਆਂ ਦੀ ਭੁਰਜੀ ਦੇ ਵਿੱਚ ਬ੍ਰੈਡ ਦੇ ਕੇ ਤੇ ਬੱਚਿਆਂ ਨੂੰ ਵੀ ਟੋਸਟ ਬਣਾ ਕੇ ਦੇ ਕੇ ਜਾਂ ਬਾਪੂ ਬੀਬੀ ਨੂੰ ਵੀ ਇੱਕ-ਇੱਕ ਪਰੌਂਠਾ ਲਾ ਦੀ achar ਦੇ ਨਾਲ ਹੀ ਦੇਈ ਦਿਲ ਦੀ ਧੜਕਣ ਵਾਦੀ ਬਾਪੂ ਦੀ ਇੰਦਾ ਇਹ ਫਿਰ ਉੱਪਰ ਉਹਨੂੰ ਕਹਣਾ ਤੂੰ ਅੱਜ ਨਾ ਥੋੜਿਆ ਸ਼ਿਫਟ ਇੱਕ ਜ਼ਿਆਦਾ ਲਾਦੀ ਬਿੱਲ ਜ਼ਿਆਦਾ ਆ ਗਿਆ ਪੱਤੀਆਂ ਦੇ ਪੈਣਾ ਦੀ ਵੀ ਬੜੇ ਹਾਲਾਤ ਇਥੇ ਖਤਰਨਾਕ ਹੋਏ ਫਿਰਦੇ ਨੇ ਉੱਪਰੋਂ ਇੰਨੀਆਂ ਟੈਨਸ਼ਨਾਂ ਨਿਆਣਿਆਂ ਦੀਆਂ ਟੈਨਸ਼ਨਾਂ ਕੱਪੜੇ ਲੀੜੇ ਕਹਣਾ ਜੀ ਉਹ ਜਵਾਕ ਦਾ ਜੂੜਾ ਵੀ ਕਰਨ ਵਾਲਾ ਪਿਆ ਪਟਕਾ ਵੀ ਬੰਨਣਾ ਉਹਦੇ ਬਾਪੂ ਕਹਿੰਦਾ ਸੀ ਵੀ ਆਪਾਂ ਵਾਲ ਹੀ ਕਟਾ ਦਈਏ ਨਹੀਂ ਨਹੀਂ ਵਾਲ ਨਹੀਂ ਕਟਾਉਣੇ ਆਪਾਂ ਨਿਆਣੇ ਦੇ ਪਟਕਾ ਬੰਨ ਕੇ ਭੇਜਣਾ ਚਲ ਆਸੀ ਦੀ ਗਲਤੀ ਕਰ ਲਈ ਸੋ ਕਰ ਲਈ ਪਰ ਨਿਆਣਿਆਂ ਦੇ ਜਰੂਰ ਜੁੜਾ ਕਰਕੇ ਵੇਜਣਾ ਇਹ ਤੇ ਵਧੀਆ ਗੱਲ ਹੈ ਚਲੋ ਤੇ ਉਪਰੋਂ ਕੰਮ ਕਰ ਫਿਰ ਸਾਰੀ ਦਿਹਾੜੀ 8 ਘੰਟੇ ਦੀ ਸ਼ਿਫਟ ਭੈਣਾਂ ਨੇ ਲਾ ਕੇ ਆਉਣਾ ਤੇ ਘਰੇ ਆਣ ਕੇ ਫਿਰ ਕਹਿਣਾ ਜੀ ਉਹ ਪਤੀਲਾ ਖੜਕ ਗਿਆ ਦਵਾ ਦਬ ਧਾਲੀ ਧਰ ਦੇ ਤੜਕਾ ਲਾ ਦੇ ਹੁਣ ਪੰਜਾਬ 'ਚ ਦੇਖੋ ਭੈਣਾਂ ਦੇ ਲਈ ਕਿੰਡੀ ਫੈਸਿਲਿਟੀ ਹੈ ਬੱਚੇ ਤਿਆਰ ਕਰਨੇ ਆ ਬਸ ਤੁਸੀਂ ਸਕੂਲੇ ਫ੍ਰੀ ਉਹਨਾਂ ਦਾ ਕੋਈ ਖਰਚਾ ਨਹੀਂ ਤੁਹਾਨੂੰ ਆਉਣਾ ਤੇ ਜੇ ਬੱਚੀਆਂ ਹੋਈਆਂ ਤੇ ਹਜ਼ਾਰ-ਹਜ਼ਾਰ ਰੁਪਈਆ ਉਹਨਾਂ ਦਾ ਵੀ ਆ ਜਾਣਾ ਹਜ਼ਾਰ-ਹਜ਼ਾਰ ਰੁਪਈਆ ਉਹਨਾਂ ਦਾ ਪਲੱਸ 2 ਤੱਕ ਐਜੂਕੇਸ਼ਨ ਉਹਨਾਂ ਨੂੰ ਦੇ ਦੇਣੀ ਹੈ ਇਤੋਂ ਵੱਡੀ ਫੈਸਿਲਿਟੀ ਪੰਜਾਬ 'ਚ ਕੀ ਹੋ ਸਕਦੀ ਹੈ ਤੁਸੀਂ ਐਵੇਂ ਇੰਗਲੈਂਡ 'ਚ ਸਵੇਰੇ ਡਾਲਰ ਪੌਂਡ ਇਕੱਠੇ ਕਰਨ ਦੇ ਲਈ ਖੱਪਦੇ ਫਿਰਦੇ ਹੋ ਕਹਾਣੀ ਸਭ ਨੂੰ ਪਤਾ ਜੀ ਅਸਲੀਅਤ ਸਭ ਨੂੰ ਪਤਾ ਹੈ ਹੁਣ ਦੱਸੋ ਜਿਹੜੇ ਕਹਿੰਦੇ ਨੇ ਵੀ ਬਦਲਾਅ ਆਉਣਾ ਹੈ ਸਮਾਂ ਦਿਓ 5 ਸਾਲਾਂ ਬਾਅਦ ਜਿਹੜਾ ਚਲਕਾਰਾ ਤੁਹਾਨੂੰ ਉਥੇ ਪੰਜਾਬ ਦਾ ਪੈਣਾ ਹੈ ਜੇ ਇੰਨੀਆਂ ਫੈਸਿਲਿਟੀਆਂ ਦੇਣ ਦੇ ਬਾਵਜੂਦ ਅੱਜ ਪੰਜਾਬ ਬਰਬਾਦ ਹੋਇਆ ਖੜਾ ਹੈ ਤੇ ਉੱਪਰੋਂ ਤੁਸੀਂ ਹੋਰ ਦੇਈ ਜਾ ਰਹੇ ਹੋ ਤੇ ਤੁਹਾਨੂੰ ਲੱਗਦਾ ਵੀ ਇਹ ਬਚਣ ਵੱਲ ਦਾ ਸਟੈਪ ਪੁੱਟਿਆ ਜਾ ਰਿਹਾ ਵੀ ਇਹ ਬਚ ਸਕਦਾ ਹੈ ਕਿਸੇ ਵੀ ਤਰ੍ਹਾਂ ਤੁਹਾਨੂੰ ਲੱਗਦਾ ਕਿਸੇ ਤਰ੍ਹਾਂ ਵੀ ਬਚ ਸਕਦਾ ਹੈ ਇਸ ਸਿਸਟਮ ਦੇ ਥੱਲੇ ਦਿਲ ਖੋਲ ਕੇ ਦੱਸੋ ਨਾ ਹੁਣ ਸਾਰੇ ਜੇ ਤੁਸੀਂ ਕਹਿੰਦੇ ਜੀ ਆ ਫੈਸਿਲਿਟੀ ਦੇ ਦਿੱਤੀ ਮੈਂ ਕਹਿੰਦਾ ਜੀ ਬੜੀ ਚੰਗੀ ਗੱਲ ਆ ਫੈਸਿਲਿਟੀ ਦੇ ਦਿੱਤੀ ਜਿੱਦਣ ਪ੍ਰਕਾਸ਼ ਸਿੰਘ ਬਾਦਲ ਨੇ ਬਿੱਲ ਮਾਫ਼ ਕੀਤੇ ਸੀ ਕਿਸਾਨ ਤਾਂ ਫਿਰ ਖੁਸ਼ਹਾਲ ਹੋਣਾ ਚਾਹੀਦਾ ਕਿਸਾਨ ਸੁਸਾਇਡ ਕਿਉਂ ਕਰਨ ਰਿਹਾ ਰਿਪੋਰਟ ਦਿਖਾ ਕੇ ਤੁਹਾਨੂੰ ਪੁੱਛਿਆ ਸੀ ਨਾ ਵੀ 16000 ਕਿਸਾਨ 6 ਜ਼ਿਲ੍ਹਿਆਂ ਦੇ ਮਰੇ ਨੇ ਜਵਾਬ ਹੈ ਤੁਹਾਡੇ ਕੋਲ ਵੀ ਕਿਉਂ ਮਰ ਗਏ ਜੇ ਬੱਤੀਆਂ ਫ੍ਰੀ ਕਰਜ਼ਾ ਫ੍ਰੀ ਆ ਹੁਣ ਸਾਰੇ ਬਿੱਲ ਫ੍ਰੀ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਬਸਾਂ ਦੇ ਬਿੱਲ ਫਰੀ ਬਸਾਂ ਫਰੀ ਬੀਬੀਆਂ ਦੇ ਲਈ ਤੇ ਜੇ ਇੰਨੀਆਂ ਫੈਸਿਲਿਟੀਆਂ ਹੋਣ ਦੇ ਬਾਵਜੂਦ ਕਿਸਾਨ ਮਰਨੋਂ ਨਹੀਂ ਹਟਿਆ ਤੇ ਕੌਣ ਦੱਸੋ ਕਾਰਨ ਕੀ ਆ ਉਹਦਾ ਉਹਤੇ ਤੁਸੀਂ ਕਹ ਦੀਓਨੇ ਉਹ ਦੇਖੋ ਜੀ ਉਹਨਾਂ ਨੇ ਬਿੱਲ ਫਰੀ ਕਰ ਦਿੱਤੇ ਇੰਨਾ ਸਾਰੇ ਤੱਥਾਂ ਨੂੰ ਘੋਖਣਾ ਹੈ ਜੀ ਤੁਸੀਂ ਗੱਲਾਂ ਦੇ ਨਾਲ ਨਾ ਬੁਕਾ ਦਿਆ ਕਰੋ ਵੀ ਕੰਮ ਮੁੱਕ ਗਿਆ ਸ਼ਾਇਦ ਅੱਜ ਗੱਲਬਾਤ ਇੱਥੇ ਖਤਮ ਹੋ ਜਾਣੀ ਹੈ ਨਹੀਂ ਪੰਜਾਬ ਦੇ ਦੋ ਨੌਜਵਾਨਾਂ ਨੇ ਇੱਕ ਗੱਲ ਤੁਹਾਨੂੰ ਦੱਸੀ ਹੈ ਇਹ ਅੱਜ ਜਦੋਂ ਆਪਾਂ ਇਤਿਹਾਸ ਦੇ ਉੱਤੇ ਵੀ ਚਰਚਾ ਕਰ ਰਹੇ ਹਾਂ ਉੱਥੋਂ ਵੀ ਤੁਹਾਨੂੰ ਨਿਕਲ ਕੇ ਆਉਣੀ ਹੈ ਖੁੱਲਾ ਇਤਿਹਾਸ ਅਜ ਸੁਣਾਉਣਾ ਹੈ ਕਿ ਜਦੋਂ ਤੱਕ ਤੁਹਾਡੇ ਕੋਲ ਆਪਣੇ ਘਰ ਦੀ ਕੁੰਜੀ ਨਹੀਂ ਨਾ ਹੈਗੀ ਤੇ ਬਗਾਨੇ ਅਗਲੇ ਤੁਹਾਨੂੰ ਕੰਧ ਦੇ ਉੱਤੇ ਪੇਂਟ ਵੀ ਨਹੀਂ ਕਰਨ ਦਿੰਦੇ ਤੇ ਜੇ ਘਰ ਕਿਤੇ ਛੱਡਣਾ ਪੈ ਜਾਵੇ ਤੇ ਅਗਲੇ ਪੇਂਟ ਕਰਾ ਕੇ ਕੋਟ ਥਾਣੀ ਫਿਰ ਨੰਗਣ ਦਿੰਦੇ ਨੇ ਨਾਲੇ ਉੱਪਰ ਉਹ ਲੈਂਦੇ ਨੇ ਡੈਮੇਜ ਦਾ ਪੈਸਾ ਵੀ ਸਾਡਾ ਰੰਗ ਤਾਂ ਪੀਲਾ ਸੀ ਤੇ ਤੁਸੀਂ ਨੀਲਾ ਛਿਟਾ ਕਰ ਛੱਡਿਆ ਤੇ ਇਹ ਡੈਮੇਜ ਹੋ ਗਈ ਕੰਦ ਤੇ ਇਹ ਦੇ ਕੇ ਜਾਓ ਇੱਥੇ ਪੈਸੇ ਕਿਸੇ ਤਰ੍ਹਾਂ ਹੀ ਆ ਨਾ ਜੀ ਜਦੋਂ ਤੱਕ ਤੁਹਾਡੇ ਘਰ ਦੀ ਕੁੰਜੀ ਤੁਹਾਡੇ ਕੋਲ ਨਹੀਂ ਜਦੋਂ ਤੁਹਾਡਾ ਆਪਣਾ ਘਰ ਹੈ ਤੁਸੀਂ ਭਾਵੇਂ ਪੀਲੀ ਰੰਗ ਕੰਦ ਕਰੋ ਲਾਲ ਕਰੋ ਚਿੱਟੀ ਕਰੋ ਨੀਲੀ ਕਰੋ ਭੂਰੀ ਕਰੋ ਡੱਬੀਆਂ ਪਵਾ ਲਓ ਉਹਦੇ ਵਿੱਚ ਫੁੱਲ ਬੂਟੀਆਂ ਪਵਾ ਲਓ ਜੋ ਮਰਜ਼ੀ ਕਰੋ ਤੇ ਜਦੋਂ ਘਾਰ ਹੀ ਤੁਹਾਡਾ ਹੈ ਨਹੀਂ ਤੇ ਤੁਸੀਂ ਕੀ ਕਰੋਗੇ ਉੱਤੇ ਫਿਰ ਤਾਂ ਅਗਲੇ ਜੋ ਕਹਿਣਗੇ ਸੋ ਕਰਨਾ ਪੈਣਾ ਹੈ ਤੁਹਾਨੂੰ ਓਨੀ ਦੇਰ ਤੱਕ ਕੋਈ ਵੀ ਕੌਮ ਦੁਨੀਆ ਦੇ ਉੱਤੇ ਸਰਵਾਈਵ ਨਹੀਂ ਕਰ ਸਕਦੀ ਜਦੋਂ ਤੱਕ ਉਹਦੇ ਕੋਲ ਆਪਣੇ ਪੋਲੀਟੀਕਲ ਨਿਰਣੇ ਪੋਲੀਟੀਕਲ ਨਿਰਣਾ ਕੀ ਹੈ ਕਿ ਅਸੀਂ ਪਾਲਿਸਿਜ਼ ਬਣਾਉਣੀਆਂ ਕੀ ਹੈ ਬਣਾਉਣੀਆਂ ਕਹਿੰਦਾ ਨੇ ਹੁਣ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਆ ਨਹਿਰਾਂ ਪੱਕੀਆਂ ਕਰਨੀਆਂ ਇਹ ਪੋਲੀਟੀਕਲ ਡਿਸੀਜਨ ਹੈ ਨਾ ਪਾਲਿਸੀ ਇੱਕ ਉਹਨਾਂ ਨੇ ਲਿਆਂਦੀ ਵੀ ਆ ਨਹਿਰਾਂ ਪੱਕੀਆਂ ਕਰਨੀਆਂ ਕਿਉਂਕਿ ਸੇਮ ਬੜੀ ਖਰਾਬ ਕਰਦੀ ਪਈ ਹੈ ਪਰ ਉਹ ਪਾਣੀ ਜਿਹੜਾ ਆ ਉਹ ਜਾਣਾ ਰਾਜਸਥਾਨ ਨੂੰ ਐਨ ਪੱਕਿਆ ਸਿਮਨ ਨਹੀਂ ਦੇਣਾ ਸਿੱਧਾ ਪਾਣੀ ਜਾ ਕੇ ਤੇ ਉਹ ਰਾਜਸਥਾਨ ਦੇ ਵਿੱਚ ਡਿੱਗਣਾ ਤੇ ਜੇ ਹੁਣ ਪੋਲਿਟਿਕਲ ਵਿਲ ਹੁੰਦੀ ਤੁਹਾਡੇ ਕੋਲ ਤੁਹਾਡੇ ਕੋ ਆਪਣਾ ਹੱਕ ਹੁੰਦਾ ਰਾਜਨੀਤਿਕ ਫੈਸਲਾ ਲੈਣ ਦਾ ਤੇ ਤੁਸੀਂ ਕਹਿੰਦੇ ਪਾਣੀ ਭਾਵੇਂ ਸਾਰਾ ਹੀ ਸੇਮ ਜਵੇ ਸਾਰਾ ਪੰਜਾਬ ਦੀ ਧਰਤੀ 'ਤੇ ਚਲ ਜਵੇ ਪੰਜਾਬ ਦੀ ਧਰਤੀ 'ਤੇ ਪਾਣੀ ਹੈ ਹੀ ਨਹੀਂ ਇਹ ਪਾਣੀ ਨਹੀਂ ਜਾ ਸਕਦਾ ਕਿਸੇ ਵੀ ਤਰ੍ਹਾਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾ ਸਕਦਾ ਆ ਜੀ ਨਹਿਰਾਂ ਦੀਆਂ ਮੋਟਰਾਂ ਚਲਾ ਕੇ ਬੰਦ ਛੱਟ ਰਾਜ ਤੋਂ ਇਹ ਆ ਪੋਲਿਟਿਕਲ ਫੈਸਲਾ ਜਿਹੜਾ ਤੁਸੀਂ ਨਹੀਂ ਲੈ ਸਕਦੇ ਤੁਹਾਨੂੰ ਉਹ ਲੈਣਾ ਪਿਆ ਜਿਹੜਾ ਅਗਲਿਆਂ ਨੇ ਕਿਹਾ ਕਿ ਨਹਿਰਾਂ ਪੱਕੀਆਂ ਕਰਾ ਕੇ ਦਿਓ ਸਾਨੂੰ ਇੱਥੇ ਤੇ ਤੁਸੀਂ ਪੱਕੀਆਂ ਕਰਾਉਣ ਲਈ ਪੈਸੇ ਜਾਰੀ ਕਰ ਦਿੱਤੇ ਇਹ ਨਹਿਰਾਂ ਪੱਕੀਆਂ ਕਰਾਉਣ ਦਾ ਰੋਲਾ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਤੋਂ ਚੱਲਿਆ ਕੈਪਟਨਾਂ ਦੇ ਵਿੱਚ ਵੀ ਰੋਲਾ ਪੈਂਦਾ ਰਿਹਾ ਕਦੀ ਆ ਗਿਆ ਕਦੀ ਕਰ ਲਿਆ ਕੋਸ਼ਿਸ਼ ਕੀਤੀ ਵੀ ਕਰਦੀਏ ਨਾ ਕਰੀਏ ਪਰ ਝਾੜੂ ਵਾਲੀ ਸਰਕਾਰ ਨੇ ਖੁੱਲੇ ਦਿਲ ਨਾਲ ਇਹ ਫੈਸਲਾ ਜਿਹੜਾ ਉਹ ਲਾਗੂ ਕਰ ਦਿੱਤਾ ਹੁਣ ਤੁਸੀਂ ਦੱਸੋ ਵੀ ਭਾਈ ਤੁਸੀਂ ਕਹਿੰਦੇ ਸੀ ਬਦਲਾਵ ਹੈ ਬਦਲਾਵ ਵਾਲੀ ਸਰਕਾਰ ਨੇ ਇਹ ਤੋਂ ਵੱਡਾ ਬਦਲਾਵ ਕੀ ਪੋਲੀਟਿਕਲ ਫੈਸਲਾ ਜਿਹੜੇ ਉਹ ਲੈ ਨਹੀਂ ਸਕੇ ਸੀਗੇ ਕੈਪਟਨ ਨਹੀਂ ਲੈ ਸਕਿਆ ਬਾਦਨ ਨਹੀਂ ਲੈ ਸਕਿਆ ਉਹ ਇਹਨਾਂ ਨੇ ਲੈ ਕੇ ਕਹਿੰਦੇ ਜੀ ਪਾਣੀ ਜਾਊਗਾ ਹੈ ਪੱਕਾ ਪਾਣੀ ਨਹਿਰਾ ਪੱਕੀਆਂ ਕਰਕੇ ਦਵਾਂਗੇ ਤੁਹਾਨੂੰ ਇਹਨੂੰ ਪੋਲੀਟਿਕਲ ਹੁਣ ਆਰਥਿਕ ਫੈਸਲੇ ਇਹ ਕਹਿੰਦੇ ਸੀ ਜੀ ਅਸੀਂ ਆਇ ਇੱਕ ਖਬਰ ਇਹਦੇ ਨਾਲ ਹੀ ਮੈਚ ਕਰਦੀ ਹੈ ਤੇ ਆਪਾਂ ਉਹਨੂੰ ਵੀ ਐਡ ਆਨ ਕਰ ਲੈਨੇ ਨਾਲ ਦੀ ਨਾਲ ਦੇਖਦੇ ਆਂ ਜੀ ਸਾਡੀ ਟੀਮ ਕੋ ਜੇ ਪੁੱਜੀ ਹੋਈ ਹੈ ਜੀ ਇਹ ਪੰਜਾਬ ਦੇ ਵਿੱਤ ਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਬੜੇ ਇਹਨਾਂ ਦੇ ਦਾ ਆਹੀ ਪੇਪਰ ਜਿੰਦਾ ਹੁਣ ਇਹਨਾਂ ਨੇ ਫੜਿਆ ਹੋਇਆ ਹੈ ਬੜੇ ਬੜੇ ਹਾਸਦਿਆਂ ਦੇ ਇਹਨਾਂ ਦੇ ਬਿਆਨ ਸੀਗੇ ਵੀ ਸੰਗਰੂਰ ਦੀ ਸੀਟ ਤੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਖਾਲਸਤਾਨੀ ਆ ਜਿਨ੍ਹਾਂ ਨੂੰ মিডিਆ ਖਾਲਸਤਾਨੀ ਕਹਿੰਦਾ ਹੈ ਤੇ ਉਹ ਗਰੰਟੀ ਆ ਵੀ ਉਹ ਹਾਰਾਂ ਦਾ ਰਿਕਾਰਡ ਬਣਾਉਣਗੇ ਪਰ ਲੋਕਾਂ ਨੂੰ ਕੁਝ ਹੋਰ ਮਨਜ਼ੂਰ ਸੀ ਰੱਬ ਨੇ ਕੁਝ ਹੋਰ ਫੈਸਲਾ ਕੱਢਿਆ ਹੋਇਆ ਸੀ ਤੇ ਉਹ ਪਰਚੀ ਇੰਦਾ ਹੀ ਫੜ ਲੈਂਦੇ ਨੇ ਇਹਨਾਂ ਨੂੰ ਆਦਤ ਆ ਵੀ ਐ ਪਰਚੀ ਦਿਖਾ ਕੇ ਕਹਿੰਦਾ ਲਿਖ ਕੇ ਗਰੰਟੀ ਲਾਓ ਮੇਰੇ ਕੋਲ ਲਿਖ ਕੇ ਸੋ ਹੁਣ ਇਹਨਾਂ ਨੇ ਦਾਵਾ ਕੀਤਾ ਪੜ ਲਓ ਧਿਆਨ ਨਾਲ ਪੰਜਾਬ ਦੇ ਲੋਕੋ ਕਹਿੰਦੇ 35000 ਕਰੋੜ ਤੋਂ ਵੱਧ ਕਰਜ਼ਾ ਨਹੀਂ ਚੁੱਕਾਂਗੇ ਕਰਜ਼ਾ ਚੁੱਕਣਾ ਆ ਜਦੋਂ ਹੁਣ ਬਜਟ ਦੇ ਵਿੱਚ ਲਿਖਿਆ ਵੀ 35000 ਹਜ਼ਾਰ ਕਰਜ਼ਾ ਚੁੱਕਣਾ ਉਹ ਕਹਿੰਦੇ 35000 ਤੋਂ ਵੱਧ ਨਹੀਂ ਜੇ ਅਸੀਂ ਚੱਕਣਾ ਸੌ ਖਾ ਕੇ ਕਹਿੰਨੇ ਆ ਸੌ ਵਾਇਗਰੂ ਦੀ ਸੌ ਲੱਗੇ ਸਾਨੂੰ ਸਾਨੂੰ ਸਾਡੀ ਸਰਕਾਰ ਦੀ ਸੌ ਲੱਗੇ ਭਗਵੰਤ ਮਾਨ ਦੀ ਸੌ ਲੱਗੇ ਨਹੀਂ ਚਲੋ ਕਿਸੇ ਬੰਦੇ ਦੀ ਕੇਜਰੀਵਾਲ ਹੋਣਾਂ ਦੀ ਸੌ ਲੱਗੇ ਸਾਨੂੰ ਅਸੀਂ 35000 ਕਰੋੜ ਤੋਂ ਉੱਪਰ ਕਰਜ਼ਾ ਨਹੀਂ ਚੱਕਾਂਗੇ ਲੋਕਾਂ ਨੇ ਬੜੇ ਚੰਗੇ ਬਈ ਬੰਦੇ 35000 ਕਰੋੜ ਤੋਂ ਉੱਪਰ ਦਾ ਕਰਜ਼ਾ ਇਹਨਾਂ ਨੇ ਚੱਕਣਾ ਨਹੀਂ ਚੱਕਣਾ ਹੈਗਾ ਹੁਣ 1 ਸਾਲ ਚ 35000 ਕਰੋੜੀ ਚੱਕ ਲਿਆ ਇਹ ਥੋੜਾ 35000 ਕਰੋੜ ਰੁਪਏ ਦਾ ਕਰਜ਼ਾ ਚੱਕ ਲੈਣਾ ਇਹ ਥੋੜਾ ਕਰਜ਼ਾ ਹੈ ਕਹਿੰਦੇ ਅਸੀਂ ਕਹਿ ਤਾ ਨਾ 35000 ਕਰੋੜ ਤੋਂ ਉੱਪਰ ਤਾਂ ਨਹੀਂ ਸੌ ਖਾਦੀ ਹੋਈ ਹੈ ਕੇਜਰੀਵਾਲ ਦੀ 35000 ਕਰੋੜ ਦਾ ਹੀ ਕਰਜ਼ਾ ਚੱਕਣਾ ਹੈ ਹੁਣ ਉਹਨਾਂ ਨੇ ਨਾਲ ਅਗਲੀ ਲਾਈਨ ਵੀ ਪੜ ਲਓ ਕਹਿੰਦੇ ਕਰਜ਼ਾ 35000 ਦਾ ਹੀ ਚੱਕਣਾ ਹੈ ਅਸੀਂ ਸੌ ਖਾ ਕੇ ਕਹਿੰਦੇ ਕੇਜਰੀਵਾਲ ਹੋਣਾਂ ਦੀ 1 ਰੁਪਿਆ ਉੱਪਰ ਨਹੀਂ ਚੱਕਾਂਗੇ ਬਾਬਾ ਜੀ ਦੀ ਸੌ ਸਾਨੂੰ ਲੱਗੇ ਜੇ 1 ਰੁਪਿਆ ਵੀ ਉੱਪਰ ਚੱਕੀਏ 1 ਸਾਲ ਦੇ ਵਿੱਚ ਸਗੋਂ ਕਹਿੰਦੇ 36000 ਕਰੋੜ ਦਾ ਕਰਜ਼ਾ ਵਾਪਸ ਵੀ ਕਰਾਂਗੇ ਇਹ ਆ ਕਹਿੰਦੇ ਸਚਾਈ ਦਸੀਰਪਾਲ ਸਿੰਘ ਚੀਮਾ ਹੋਣਾਂ ਨੇ ਇਹ ਹੈ ਜੀ ਤੁਹਾਡਾ ਆਰਥਿਕ ਫੈਸਲਾ 35000 ਕਰੋੜ ਚੱਕ ਲਿਆ ਹੁਣ ਜਿਹੜੀਆਂ ਪਿਛਲੀਆਂ ਕਿਸ਼ਤਾਂ ਦੇਣੀਆਂ ਨੇ ਉਹ ਤਾਂ ਦੇਣੀਆਂ ਹੀ ਪੈਣੀਆਂ ਨੇ ਨਹੀਂ ਤਾਂ ਸਰਕਾਰ ਨੇ ਅਗਲਾ ਕੇਂਦਰ ਦੀ ਸਰਕਾਰ ਨੇ ਜਾਂ ਹੋਰ ਇੰਸਟੀਟਿਊਸ਼ਨ ਨੇ ਤੁਹਾਨੂੰ ਪੈਸੇ ਨਹੀਂ ਦੇਣੇ ਉਹ ਕਹਿੰਦੇ ਜੀ ਪਹਿਲਾਂ ਪਿਛਲਾ ਬਕਾਇਆ ਦਿਓ ਤੁਹਾਨੂੰ ਕਦੀ ਹੋਇਆ ਵੀ ਤੁਹਾਨੂੰ 1000 ਡਾਲਰ 1000 ਪਾਉਂਡ ਦਾ ਕ੍ਰੈਡਿਟ ਕਾਰਡ ਦਿੱਤਾ ਹੋਵੇ ਤੇ ਤੁਸੀਂ 1000 ਖਰਚ ਕੇ ਕਹੋ ਜੀ ਸਾਨੂੰ ਹੋਰ ਕ੍ਰੈਡਿਟ ਕਾਰਡ ਦੇ ਦਿਓ ਉਹ ਕਹਿੰਨਗੇ ਤੂੰ ਤਾਂ ਪੇਮੈਂਟ ਇੱਕ ਵੀ ਨਹੀਂ ਦਿੰਦਾ ਪਿਆ ਅਜੇ ਤੱਕ ਤੇਰੀ ਅਸੀਂ ਲਿਮਟ ਕਿੰਦਾ ਚੇਂਜ ਕਰੀਏ ਤੇਰੀ ਲਿਮਟ ਕਿੰਦਾ ਵਧਾਈਏ ਨਹੀਂ ਨਹੀਂ ਸਾਨੂੰ ਨਾ ਪਹਿਲਾਂ ਹੋਰ ਦੇ ਦਿਓ ਸਾਡੀ ਲਿਮਟ ਵਧਾ ਦਿਓ ਸਾਡਾ ਕ੍ਰੈਡਿਟ ਕਾਰਡ ਵੱਡਾ ਕਰ ਦਿਓ ਫਿਰ ਅਸੀਂ ਤੁਹਾਨੂੰ ਪੈਸੇ ਦੇਣੇ ਸ਼ੁਰੂ ਕਰਾਂਗੇ ਉਹ ਕਹਿੰ ਗਿਆ ਪਹਿਲਾਂ ਪੈਸੇ ਪਿਛਲੇ ਤਾਰ ਤੂੰ ਤਾਂ ਪਿਛਲਾ ਨਹੀਂ ਰਿਕਾਰਡ ਕਲੀਅਰ ਕੀਤਾ ਤੇ ਅੱਜ ਨਵਾਂ ਸ਼ੁਰੂ ਕਰ ਲਿਆ ਹਾਂ ਇੱਕ ਸਿਸਟਮ ਹੁੰਦਾ ਹੈ 1000 ਡਾਲਰ ਦਾ ਕ੍ਰੈਡਿਟ ਕਾਰਡ ਹੈ ਤੁਸੀਂ 500 ਖਰਚ ਲਿਆ ਤੇ ਤੁਸੀਂ 100-100 ਦੀਆਂ ਪੇਮੈਂਟਾਂ ਕਰੀ ਜਾਂਦੇ ਹੋ ਤੇ 100 ਰੁਪਏ ਖਰਚੀ ਜਾਂਦੇ ਹੋ 100 ਰੁਪਏ ਦੀ ਪੇਮੈਂਟ ਕਰੀ ਜਾਂਦੇ ਹੋ 100 ਰੁਪਏ ਖਰਚੀ ਜਾਂਦੇ ਹੋ 100 ਪੌਂਡ ਖਰਚੀ ਜਾਂਦੇ ਹੋ 100 ਦੀ ਪੇਮੈਂਟ ਕਰੀ ਜਾਂਦੇ ਹੋ ਉਹ ਕਹਿੰਦਾ ਠੀਕ ਹੈ ਜੀ ਇਹਨੇ 100 ਦੀ ਪੇਮੈਂਟ ਕਰ ਦਿੱਤੀ ਐ 100 ਦੀ ਇਹਨੂੰ ਦੇ ਦਿਓ ਤੇ ਉਹ ਭੇਦ ਹੈ 35000 ਤੋਂ ਉੱਪਰ ਕਰਜ਼ਾ ਨਹੀਂ ਚੱਕਾਂਗੇ ਜਾਨੀ ਕਿ 35000 ਕਰੋੜ ਚੱਕ ਲਿਆ ਕਹਿੰਦੇ 36000 ਕਰੋੜ ਰੁਪਇਆ ਅਸੀਂ ਵਾਪਸ ਕਰਾਂਗੇ ਹੁਣ 36000 ਇਹ ਤੁਸੀਂ ਦੇਖੋ ਨਾ 35000 ਕਰੋੜ ਦੇ ਉੱਤੇ ਵਿਆਜ ਲਾਓ 1 ਸਾਲ ਦਾ 35000 ਕਰੋੜ ਦੇ ਉੱਪਰ ਜਿਹੜਾ ਵਿਆਜ ਤੇ ਪੁਰਾਣੇ ਕਰਜ਼ਿਆਂ ਦਾ ਜਿਹੜਾ ਵਿਆਜ ਹੈ ਨਾ ਉਹ ਮੇਰੇ ਖਿਆਲ ਨਾਲ ਮੈਂ ਹੁੰਦੇ ਟੁੱਕਾ ਲਾ ਕੇ ਦੱਸ ਦਿੰਦਾ ਤੁਹਾਨੂੰ ਵੀ ਪੰਜਾਬ ਸਰਕਾਰ ਪਤਾ ਨਹੀਂ 10000 ਕਰੋੜ ਕੇ 15000 ਕਰੋੜ ਰੁਪਇਆ ਇਹ ਤੋਂ ਘੱਟ ਨਹੀਂ ਹੋ ਸਕਦਾ ਜਿਆਦਾ ਹੀ ਐ 10000 ਕਰੋੜ ਰੁਪਇਆ ਤਾਂ ਉਹਨਾਂ ਨੂੰ ਵਿਆਜ ਹੀ ਤਾਰਦੀ ਪਈ ਐ ਜਿਆਦਾ ਆ ਵੈਸੇ ਆਪਾਂ ਵੈਸੇ ਹੀ ਮਤ ਹੁੰਦਾ ਤੇ ਹੁਣ 36000 ਕਰੋੜ ਰੁਪਇਆ ਮੋਰ ਰਿਹਾ ਯਾਨੀ ਕਿ 9000 ਕਰੋੜ ਰੁਪਇਆ ਤੇ ਹੋਰ ਕਰਜ਼ੇ ਦੇ ਵਿੱਚ ਸ਼ਾਮਲ ਕੀਤਾ ਤੁਸੀਂ ਇੱਕ ਸਾਲ ਦਾ ਕੱਲਾ 9000 ਨਹੀਂ ਬਹੁਤ ਸਾਰਾ ਕਰੋੜਾਂ ਜਿਹੜਾ ਉਹ ਸ਼ਾਮਲ ਹੋਣਾ ਪਰ ਇਹ ਐ ਜੀ ਤੁਹਾਡਾ ਆਰਥਿਕ ਡਿਸੀਜਨ ਉਹ ਕੌਮ ਕਦੀ ਸਰਵਾਈਵ ਕਰ ਹੀ ਨਹੀਂ ਸਕਦੀ ਉਹ ਸਟੇਟ ਕਦੀ ਸਰਵਾਈਵ ਕਰ ਹੀ ਨਹੀਂ ਸਕਦੀ ਜਿਹੜੀ ਆਪਣੇ ਰਾਜਨੀਤਿਕ ਫੈਸਲੇ ਨਾ ਲੈ ਸਕਦੀ ਹੋਵੇ ਜਿਹੜੀ ਆਪਣੇ ਆਰਥਿਕ ਫੈਸਲੇ ਨਾ ਲੈ ਸਕਦੀ ਹੋਵੇ ਹੁਣ ਤੀਸਰਾ ਇਹਦੇ ਵਿੱਚ ਆਉਂਦਾ ਆ ਸੱਭਿਆਚਾਰਕ ਬੋਲੀ ਲਾ ਲਓ ਬੋਲੀ ਤੇ ਫੈਸਲਾ ਲਾ ਲਓ ਐਜੂਕੇਸ਼ਨ ਲਾ ਲਓ ਸਮਾਜਿਕ ਫੈਸਲੇ ਜਿਹਨੂੰ ਕਹਿ ਸਕਦੇ ਹਾਂ ਸਾਰੇ ਵਿੱਚ ਇਨਕਲੂਡ ਕਰ ਲਈਏ ਬੋਲੀ এডਿਕੇਸ਼ਨ ਤੁਹਾਡਾ ਧਰਮ ਧਾਰਮਿਕ ਫੈਸਲੇ ਵੀ ਧਾਰਮਿਕ ਫੈਸਲੇ ਦੇਖੋ ਨਾ ਕਿੰਦਾ ਵੀ ਜੇ ਤੁਸੀਂ ਆਪਣੇ ਗੁਰਦੁਆਰੇ ਚ ਅਰਦਾਸ ਵੀ ਕਰਨੀ ਹੈ ਤੇ ਉਹਨਾਂ ਤੋਂ ਪੁੱਛ ਕੇ ਕਰਨੀ ਪੈਂਦੀ ਹੈ ਵੀ ਭਈ ਅਰਦਾਸ ਕਿਹੜੀ ਕਰਨੀ ਹੈ ਇਸੇ ਤਰ੍ਹਾਂ ਹੀ ਹੈ ਨਾ ਕੇਸ ਰਜਿਸਟਰਡ ਹੋਏ ਨੇ ਉਹਨਾਂ ਤੁਸੀਂ ਜਿੰਦਾਬਾਦ ਕਹਿਣਾ ਹੈ ਤਾਂ ਵੀ ਉਹ ਕਹਿੰਦੇ ਜੀ ਕੇਸ ਰਜਿਸਟਰਡ ਹੁੰਦੇ ਪਏ ਨੇ ਸੋ ਉਹ ਕੌਮ ਕਦੀ ਸਰਵਾਈਵ ਨਹੀਂ ਹੁਣ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਪੰਜਾਬ ਦੇ ਉੱਤੇ ਕੰਟਰੋਲ ਤੋਂ ਬਾਹਰ ਹੋਈਆਂ ਹੋਈਆਂ ਨੇ ਤੇ ਫਿਰ ਪੰਜਾਬ ਕੀ ਹੋਇਆ ਪੰਜਾਬ ਫਿਰ ਗੁਲਾਮ ਹੀ ਹੋਇਆ ਜਿਹੜਾ ਤੁਸੀਂ ਫੈਸਲਾ ਇਨੀ ਲੈ ਸਕਦੇ ਜੇ ਹੁਣ ਪਿੰਡ ਦਾ ਸਰਪੰਚ ਹੀ ਦੱਸੇ ਵੀ ਤੁਹਾਡੇ ਕਿਹੜੇ ਮੁੰਡੇ ਦਾ ਵਿਆਹ ਕਦੋਂ ਹੋਣਾ ਹੈ ਤੁਸੀਂ ਕਦੋਂ ਮੁੰਡੇ ਦਾ ਨਾਮ ਰੱਖਣਾ ਹੈ ਤੇ ਫਿਰ ਤੁਹਾਡੇ ਹੱਥ ਵਿੱਚ ਥੋੜੀ ਹੋਇਆ ਪੇ ਤਾਂ ਪਿੰਡ ਦਾ ਸਰਪੰਚ ਹੀ ਰਾਜਾ ਹੋਇਆ ਕਿ ਜਾਂ ਤੁਹਾਡੇ ਘਰੇ ਨਿਆਣਾ ਜੰਮਿਆ ਤਾਂ ਤੁਸੀਂ ਕਹਿਣਾ ਵੀ ਭਾਈ ਅਸੀਂ ਜਦੋਂ ਗੁਰਦੁਆਰੇ ਪਾਠੀ ਕੋਲ ਨਾਮ ਅੱਖਰ ਕਢਾ ਕੇ ਤੇ ਨਾਮ ਰੱਖਣਾ ਹੈ ਫੇਰ ਤਾਂ ਤੁਸੀਂ ਮਾਲਕ ਹੋਏ ਆਪਣੇ ਔਲਾਦ ਦੇ ਤੇ ਜੇ ਪਿੰਡ ਦੇ ਸਰਪੰਚ ਤੋਂ ਪੁੱਛੇ ਬਗੈਰ ਤੁਸੀਂ ਨਾਮ ਨਹੀਂ ਰੱਖ ਸਕਦੇ ਤੇ ਫਿਰ ਉਹ ਮਾਲਕ ਹੋਇਆ ਕਿ ਤੁਸੀਂ ਮਾਲਕ ਹੋਏ ਤੁਸੀਂ ਤਾਂ ਫਿਰ ਗੁਲਾਮ ਹੋਏ ਕਿ ਮਾਲਕ ਦੱਸੂਗਾ ਵੀ ਪੁੱਤ ਦਾ ਨਾਮ ਕੀ ਰੱਖਣਾ ਹੈ ਧੀ ਦਾ ਨਾਮ ਕੀ ਰੱਖਣਾ ਹੈ ਹੁਣ ਇਹਦਾ ਹੱਲ ਕੀ ਹੈ ਸੋਲੂਸ਼ਨ ਕੀ ਹੈ ਪੰਜਾਬ ਦੇ ਦੋ ਨੌਜਵਾਨਾਂ ਨੇ ਇੱਕ ਗੱਲ ਸਾਫ਼ ਤੇ ਸਪਸ਼ਟ ਕੀਤੀ ਹੈ ਸ਼ਹੀਦ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀਪ ਸਿੱਧੂ ਦੀਆਂ ਅੱਜ ਤੱਕ ਦੀਆਂ ਜਿੰਨੀਆਂ ਵੀਡੀਓ ਹੈ ਉਹਦੇ ਕਾਰਾਕਾਰ ਦੇ ਸਿਸਟਮ ਤੋਂ ਬਾਅਦ ਜਦੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਇਆ ਹੈ ਪੰਜਾਬ ਦੇ ਲੋਕਾਂ ਜੀ ਵਿਚਾਰਨ ਲੱਗਾ ਹੈ ਤੇ ਉਹ ਇੱਕ ਗੱਲ ਉਹਨੇ ਸਪਸ਼ਟ ਕਰ ਲਈ ਵੀ ਖੁਦ ਮੁਖਤਿਆਰੀ ਸਵੈ ਨਿਰਣੇ ਦੇ ਹੱਕ ਤੋਂ ਬਗੈਰ ਅਸੀਂ ਬਚ ਨਹੀਂ ਜੇ ਸਕਦੇ ਸਾਨੂੰ ਲੈਣੀ ਬਣੀ ਹੈ ਖੁਦ ਮੁਖਤਿਆਰੀ ਸਵੈ ਨਿਰਣੈ ਹੁਣ ਸਵੈ ਆਪਣਾ ਨਿਰਣਾ ਵੀ ਮੇਰਾ ਨਿਰਣਾ ਹੋਊਗਾ ਮੈਂ ਆਪਣੇ ਬੱਚੇ ਦਾ ਨਾਮ ਕੀ ਰੱਖਣਾ ਹੈ ਮੈਂ ਪਾਣੀ ਪੰਜਾਬ ਦਾ ਦੇਣਾ ਹੈ ਕਿ ਨਹੀਂ ਦੇਣਾ ਹੈ ਮੈਂ ਫਸਲਾਂ ਕਿਹੜੇ ਰੇਟ ਤੇ ਵੇਚਣੀਆਂ ਨੇ ਮੈਂ ਪੰਜਾਬ 'ਚ ਐਜੂਕੇਸ਼ਨ ਕਿੰਦਾ ਦੇਣੀ ਹੈ ਮੈਂ ਪੰਜਾਬ 'ਚ ਕਿਹੜੀ ਬੋਲੀ ਲਾਗੂ ਕਰਨੀ ਹੈ ਮੈਂ ਪੰਜਾਬ ਦੇ ਵਿੱਚ ਲੋਕਾਂ ਨੂੰ ਕਿਹੜੀਆਂ ਨੌਕਰੀਆਂ ਪੈਦਾ ਕਰਕੇ ਦੇਣੀ ਹੈ ਇਹਦਾ ਨਿਰਣਾ ਪੰਜਾਬ ਕਰੂਗਾ ਮੈਂ ਕਿਹੜਾ ਟੈਕਸ ਇਕੱਠਾ ਕਰਨਾ ਹੈ ਮੈਂ ਕੇਂਦਰ ਨੂੰ ਟੈਕਸ 'ਚੋਂ ਹਿੱਸਾ ਦੇਣਾ ਹੈ ਕਿ ਨਹੀਂ ਦੇਣਾ ਇਹ ਮੇਰਾ ਨਿਰਣਾ ਹੋਊਗਾ ਉਹ ਨਹੀਂ ਥੋਪਣਗੇ ਝੋਨਾ ਲਾਓ ਕਣਕ ਲਾਓ ਮੂੰਗੀ ਲਾਓ ਇਹ ਪੰਜਾਬ ਦੱਸੂਗਾ ਕਿ ਅਸੀਂ ਕੀ ਲਾਉਣਾ ਹੈ ਤੇ ਕਿੰ ਨੂੰ ਵੇਚਣਾ ਹੈ ਕਿੰਨੇ ਰੇਟ ਦੇ ਉੱਤੇ ਵੇਚਣਾ ਹੈ ਇਹ ਆ ਜੀ ਸਵੈ ਨਰਨਾ ਵੀ ਅਸੀਂ ਨਰਨਾ ਕਰਾਂਗੇ ਹੁਣ ਦੱਸੋ ਵੀ ਤੁਹਾਡੇ ਕੋਈ ਨਰਨਾ ਹੈਗਾ ਜੇ ਨਰਨਾ ਹੁੰਦਾ ਤੇ ਇੱਥੇ ਨਾ ਹੁੰਦੇ ਅਮਰੀਕਾ ਕੈਨੇਡਾ ਚ ਇੱਥੇ ਨਾ ਵੀ ਸ਼ਿਫਟਾਂ ਲਾਈ ਜਾਂਦੀਆਂ ਭੈਣਾ ਸਾਡੀਆਂ ਸਵੇਰੇ ਵੀ ਕੁਕਿੰਗ 8 ਘੰਟੇ ਕੰਮ ਤੇ ਸ਼ਾਮ ਨੂੰ ਵੀ ਕੁਕਿੰਗ ਫੈਸਲਾ ਤੁਸੀਂ ਕਰੋ ਵੀ ਭਾਈ ਕੁਕਿੰਗ ਹੀ ਕੁਕਿੰਗ ਕਰਨੀ ਹੈ ਉੱਥੇ ਕਹਿੰਦੀਆਂ ਸੀ ਵੀ ਸਾਨੂੰ ਪਾਠੀਆਂ ਥੱਪਣੀਆਂ ਪੈਂਦੀਆਂ ਨੇ ਧਾਰਾਂ ਕੱਢਣੀਆਂ ਪੈਂਦੀਆਂ ਨੇ ਇੱਥੇ ਤਾਂ ਹੋਰ ਜੰਜਾਲ ਪੈ ਗਿਆ ਉਹਦੇ ਨਾਲੋਂ ਇੱਥੇ ਧਾਰਾਂ ਵੀ ਕਢਾ ਲੈਂਦੇ ਨੇ ਕੁਕਿੰਗ ਵੀ ਕਰਾਈ ਜਾਂਦੇ ਨੇ ਨਾਲ ਧਾਰਾਂ ਵੀ ਕਢਾਈ ਜਾਂਦੇ ਨੇ ਨਾਲ ਸ਼ਿਫਟ ਵੀ ਲਵਾਈ ਜਾਂਦੇ ਨੇ ਇੱਥੇ ਤਾਂ ਹੋਰ ਕੰਮ ਪੈ ਗਿਆ ਇੱਥੇ ਤਾਂ ਦੁੱਗਣਾ ਕੰਮ ਪੈ ਗਿਆ ਉੱਥੇ ਨਾਲੋਂ ਉੱਥੇ ਤਾਂ ਦੁਪਹਿਰ ਨੂੰ ਮੜਾ ਜਿਹਾ ਅੱਖ ਚਪਕਾ ਲਾ ਵੀ ਲੈਂਦੀਆਂ ਸੀ ਅੰਬ ਦੇ ਥੱਲੇ ਚਲੋ ਮੰਜਾ ਢਾ ਲਿਆ ਪੈਣਾ ਨੇ ਤੇ ਉਹ ਗੱਲਬਾਤ ਕਰ ਲਈ ਇੱਥੇ ਤਾਂ 8 ਘੰਟੇ ਕੰਮ ਤੇ ਉੱਪਰੋਂ ਕੜਛੀ ਵੀ ਚਲਾਉਣੀ ਆ ਘਰੇ ਜਾ ਕੇ ਇਹ ਹਾਲਾਤ ਹੋਈ ਫਿਰਦੇ ਨੇ ਇੱਥੇ ਤਾਂ ਕਲਿੱਕੀ 'ਚ ਹੋਰ ਫਸ ਗਿਆ ਇਸੇ ਤਰ੍ਹਾਂ ਭਰਾਵਾਂ ਦਾ ਇਹ ਨਹੀਂ ਵੀ ਭਰਾਵਾਂ ਦਾ ਨਹੀਂ ਉਹਨਾਂ ਦੀ ਜ਼ਿੰਦਗੀ ਤਾਂ ਹੋਰ ਔਖੀ ਹੋ ਗਈ ਹੈ ਡਾਲਰ ਆ ਜਾਣੇ ਗੱਡੀ ਆ ਜਾਣੇ ਘਰ ਆ ਜਾਣੇ ਘਰ ਪੈ ਜਾਣਾ ਕਦੀ ਸੋਚ ਕੇ ਦੇਖੋ ਇੱਕ ਸਾਰੀ ਹੁਣ ਗੱਲ ਜਿੱਥੇ ਆਪਾਂ ਛੱਡੀ ਸੀ ਵੀ ਸਵੈ ਨਿਰਣੇ ਦਾ ਇਹ ਕਹਿਆ ਸੀ ਸ਼ਹੀਦ ਦੀਪ ਸਿੱਧੂ ਨੇ ਸਿੱਧੂ ਮੂਸੇਵਾਲਾ ਨੇ ਕਿਹਾ ਆਪਣੇ ਗਾਣੇ ਦੇ ਵਿੱਚ ਉਹਨੇ ਕਿਹਾ ਜੀ ਸੋਵਰਨਿਟੀ ਜਿਹਨੂੰ ਕਹਿੰਦੇ ਨੇ ਪ੍ਰਭੂ ਸੱਤਾ ਹੁਣੇ ਪ੍ਰਭੂ ਸੱਤਾ ਸ਼ਬਦ ਅ ਪ੍ਰਭੂ ਪਰਮੇਸ਼ਰ ਜਦੋਂ ਵੀ ਆਪਾਂ ਗੱਲਬਾਤ ਰੱਬ ਦੀ ਕਰਦੇ ਹਾਂ ਤੇ ਉਹਦਾ ਕਹਿੰਦੇ ਜੀ ਹੁਕਮ اٹਲ ਹੈ ਪਰਮੇਸ਼ਰ ਦਾ ਹੁਕਮ ਨਹੀਂ ਬਦਲ ਸਕਦਾ ਇਨਸਾਨ ਕੋਲ ਇਹ ਤਾਕਤ ਨਹੀਂ ਹੈ ਕਿ ਉਹ ਇੱਕ ਹੱਕ ਬਦਲ ਸਕੇ ਉਹ ਪਰਮੇਸ਼ਰ ਦਾ ਹੁਕਮ ਭਾਣੇ ਨੂੰ ਬਦਲ ਸਕੇ ਜਿਸ ਤਰ੍ਹਾਂ ਮੌਤ اٹਲ ਹੈ ਨਾ ਇਹ ਦੋਨਾਂ ਵੀਰਾਂ ਦੀ ਵੀ ਮੌਤ ਹੋਈ ਹੈ ਬੀਰ ਰਾਣੇ ਦੀ ਆਪਾਂ ਜਦੋਂ ਗੱਲ ਕੀਤੀ ਸੀ ਵੀ ਇਹ ਲੋਕ ਕਹਿੰਦੇ ਸੀ ਹੋਰ ਸਮਾਂ ਰਹਿੰਦਾ ਤੇ ਆਪਾਂ ਕਹਿੰਨੇ ਸੀ ਵੀ ਨਹੀਂ ਇਹ ਮੌਤ ਜਿਹੜੀ ਟਾਲ ਹੈ ਮੌਤ ਭਾਣਾ ਮੰਨਣਾ ਹੀ ਪੈਂਦਾ ਇਹਨੂੰ ਕਦੀ ਨਹੀਂ ਹੁਣ ਇਹ ਪ੍ਰਭੂ ਦਾ ਹੁਕਮ ਹੈ ਪਰਮੇਸ਼ਰ ਦਾ ਹੁਕਮ ਹੈ ਰੱਬ ਦਾ ਹੁਕਮ ਹੈ ਤੇ ਹੁਣ ਜਦੋਂ ਇਹ ਸ਼ਬਦ ਆਉਂਦਾ ਪ੍ਰਭੂ ਸੱਤਾ ਜਿਹਨੂੰ ਸੋਵਰਨਿਟੀ ਕਹਿੰਦੇ ਨੇ ਜਿਹਨੂੰ ਕਿਹਾ ਸਿੱਧੂ ਮੂਸੇਵਾਲਾ ਨੇ ਹੁਣ ਸਿੱਧੂ ਮੂਸੇਵਾਲਾ ਦੇ ਜਿੰਨੇ ਮੇਰੇ ਫੈਨ ਨੇ ਭਾਈ ਨੇ ਰੋਜ਼ ਟਿਕਟੌਕ ਉਹਦੇ ਨਾਂ ਦੇ ਉੱਤੇ ਬਣਦੀਆਂ ਪਈਆਂ ਲੱਖਾਂ ਲੱਖਾਂ ਉਹਨਾਂ ਦੇ ਜਿਹੜੇ ਐ ਉਹ ਫਾਲੋਅਰ ਬਣ ਗਏ ਨੇ ਤੇ ਭਾਈ ਉਹ ਤਾਂ ਸੋਵਰਨਿਟੀ ਕਹਿ ਗਿਆ ਤੇ ਤੁਹਾਡੇ ਟਿਕਟੋਕ 'ਚ ਤੁਸੀਂ ਇਹ ਕੱਟ ਹੀ ਦਿੰਨੇ ਹੋ ਸੋਵਰਨਿਟੀ ਸੋਵਰਨਿਟੀ ਦਾ ਸਮਝ ਪਤਾ ਲੱਗਦਾ ਕਿ ਨਹੀਂ ਮਤਲਬ ਕੀ ਹੈ ਸੋਵਰਨਿਟੀ ਆ ਪ੍ਰਭੂ ਸੱਤਾ ਜਾਣੀ ਕਿ ਜਦੋਂ ਕੋਈ ਸਰਕਾਰ ਇਹ ਗੱਲ ਕਵੇ ਕਿ ਭਾਈ ਤੁਹਾਡੇ ਕੋਲ ਆਜ਼ਾਦ ਹੋਣ ਦਾ ਹੱਕ ਨਹੀਂ ਹੈ ਕਿਉਂਕਿ ਮੇਰਾ ਕਾਨੂੰਨ ਤੁਹਾਨੂੰ ਆਜ਼ਾਦੀ ਨਹੀਂ ਦਿੰਦਾ ਮੇਰੇ ਕਾਨੂੰਨ 'ਚ ਆਹ ਲਿਖਿਆ ਹੈ ਪਰ ਪ੍ਰਭੂ ਸੱਤਾ ਕੀ ਹੈ ਕਿ ਹਰੇਕ ਮਨੁੱਖ ਕੋਲ ਇਹ ਜਿਉਣ ਦਾ ਹੱਕ ਹੈ ਕੋਈ ਉਹਦੀ ਜਾਨ ਲਵੇ ਤਾਂ ਕਤਲ ਕਹਿੰਦੇ ਨਾ ਆਪਾਂ ਵੀ ਕਤਲ ਹੋਇਆ ਹੈ ਜਿਉਣ ਦਾ ਹੱਕ ਹਰੇਕ ਬੰਦੇ ਕੋਲ ਹੈ ਤੁਸੀਂ ਉਹਦੀ ਜਾਨ ਨਹੀਂ ਲੈ ਸਕਦੇ ਇਹ ਜ਼ੁਰਮ ਬਣੂਗਾ ਇਹ ਕ੍ਰਾਈਮ ਬਣੂਗਾ ਪਰ ਜੇ ਤੁਸੀਂ ਇਹ ਕਹਿ ਕੇ ਕਿ ਭਾਈ ਤੁਹਾਡੇ ਕੋਲ ਤੁਹਾਡੇ ਰਾਜਨੀਤਿਕ ਆਰਥਿਕ ਸਮਾਜਿਕ ਜਿਹੜੇ ਫੈਸਲੇ ਲੈਣ ਦਾ ਹੱਕ ਨਹੀਂ ਹੈ ਇਹ ਹੱਕ ਮੈਨੂੰ ਹੈ ਜਾਨੀ ਕਿ ਉਹ ਪ੍ਰਭੂ ਸੱਤਾ ਦੇ ਉਸ ਕੁਦਰਤੀ ਹੱਕ ਨੂੰ ਖੋ ਰਿਹਾ ਹੈ ਤੁਹਾਡੇ ਕੋਲ ਇਹ ਹੱਕ ਤੁਹਾਡੇ ਕੋਲ ਹੈ ਜੇ ਕਿਸੇ ਨੇ ਇਹ ਹੱਕ ਤੁਹਾਨੂੰ ਨਹੀਂ ਦਿੱਤੇ ਤੇ ਇਹਦਾ ਮਤਲਬ ਹੈ ਕਿ ਤੁਸੀਂ ਉਹਦੇ ਗੁਲਾਮ ਹੋ ਗੱਲ ਰਿਪੀਟ ਕਰਦਾ ਪ੍ਰਭੂ ਸੱਤਾ ਜਾਨੀ ਕਿ ਪ੍ਰਭੂ ਦਾ ਹੁਕਮ ਇੱਕ ਕਾਨੂੰਨ ਹੈ ਕੁਦਰਤੀ ਕਾਨੂੰਨ ਹੈ ਕਿ ਹਰੇਕ ਬੰਦੇ ਨੂੰ ਜਿਉਣ ਦਾ ਹੱਕ ਹੈ ਤੁਹਾਨੂੰ ਵੀ ਹੈਗਾ ਨਾ ਤੁਸੀਂ ਕਹਿੰਗੇ ਜੇ ਕੋਈ ਤੁਹਾਡੇ ਜਿਉਣ ਦਾ ਹੱਕ ਖੋਵੇ ਜਾਨੀ ਕਿ ਕੋਈ ਕਤਲ ਕਰੇ ਕੋਈ ਮਰਡਰ ਕਰੇ ਤੁਹਾਡੇ ਜਿਉਣ ਤੁਹਾਡੀ ਜੀਵਨ ਲੀਲਾ ਖਤਮ ਕਰੇ ਉਹ ਕ੍ਰਿਮੀਨਲ ਹੈ ਕ੍ਰਾਈਮ ਕੀਤਾ ਹੈ ਨਾ ਉਹਨੇ ਜਾਨੀ ਕਿ ਇਹ ਕਿਸੇ ਹੁਣ ਸਰਕਾਰ ਕਹਦੇ ਵੀ ਇਹਨੂੰ ਜਿਉਣ ਦਾ ਹੱਕ ਨਹੀਂ ਹੈ ਮੈਂ ਆਪਾਂ ਉਦਾਹਰਣ ਲੈਣੀ ਹੈ ਕਿ ਤੁਸੀਂ ਕਹਿੰਗੇ ਕਿਉਂ ਨਹੀਂ ਭਈ ਮੈਨੂੰ ਜਿਉਣ ਦਾ ਹੱਕ ਉਸੀ ਤੱਕ ਕ੍ਰਿਮੀਨਲਸ ਨੂੰ ਵੀ ਕਹਿੰਦੇ ਹੋ ਵੀ ਭਾਈ ਉਹਨਾਂ ਦਾ ਵੀ ਟ੍ਰਾਇਲ ਚੱਲਣਾ ਚਾਹੀਦਾ ਉਹਨਾਂ ਨੂੰ ਵੀ ਜੂਨ ਦਾ ਹੱਕ ਇੱਕ ਵਾਰੀ ਦੇਣਾ ਚਾਹੀਦਾ ਪੁੱਛ ਲੈਣਾ ਚਾਹੀਦਾ ਵੀ ਕਿਉਂ ਕੀਤਾ ਤੁਸੀਂ ਤੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਤੁਹਾਡੇ ਕੋਲ ਜੂਨ ਦਾ ਹੱਕ ਨਹੀਂ ਹੈ ਜਾਨੀ ਕਿ ਕੁਦਰਤੀ ਇੱਥੇ ਕੋਈ ਸਰਕਾਰ ਕਾਨੂੰਨ ਬਣਾ ਦੇਵੇ ਵੀ ਭਾਈ ਤੁਹਾਡੇ ਕੋਲ ਜੂਨ ਦਾ ਹੱਕ ਨਹੀਂ ਹੈ ਉਹ ਕਾਨੂੰਨ ਨਹੀਂ ਲਾਗੂ ਹੋ ਸਕਦਾ ਉਹ ਗੈਰ ਕੁਦਰਤੀ ਕਾਨੂੰਨ ਹੈ ਪ੍ਰਭੂ ਸੱਤਾ ਕਹਿੰਦੀ ਹੈ ਕਿ ਹਰੇਕ ਮਨੁੱਖ ਕੋਲ ਜੂਨ ਦਾ ਹੱਕ ਹੈ ਤੇ ਹੁਣ ਜਦੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਆਪਣਾ ਫੈਸਲਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਕਾਨੂੰਨੀ ਤੌਰ ਤੇ ਆਪ ਲੈਨੇ ਹੋ ਤੇ ਉਹ ਕਹਿੰਦੇ ਨਹੀਂ ਜੀ ਸਾਡੇ ਕਾਨੂੰਨ ਤਾਂ ਦਿੱਲੀ ਤੋਂ ਬਣਦੇ ਨੇ ਸਾਡੇ ਕਾਨੂੰਨ ਤਾਂ ਕੇਂਦਰ ਦੀ ਸਰਕਾਰ ਬਣਾਉਂਦੀ ਹੈ ਜਾਨੀ ਕਿ ਤੁਹਾਡੇ ਕੋਲ ਪ੍ਰਭੂ ਸੱਤਾ ਨਹੀਂ ਹੈ ਜਿਹਦੀ ਗੱਲ ਸੋਵਰਨਿਟੀ ਦੀ ਪ੍ਰਭੂ ਸੱਤਾ ਦੀ ਗੱਲ ਕੀਤੀ ਸੀ ਸਿੱਧੂ ਮੂਸੇਵਾਲਾ ਨੇ ਹੁਣ ਆ ਪੰਜਾਬ ਦੇ ਵਿੱਚ ਵਸਣ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਣ ਵਾਲੇ ਸਿੱਧੂ ਮੂਸੇਵਾਲਾ ਦੇ ਫੈਨਾਂ ਨੂੰ ਪੁੱਛਣਾ ਚਾਹੁੰਨਾ ਜਿਹੜੇ ਕਹਿੰਦੇ ਜੀ ਅਸੀਂ ਬੜਾ ਉਹਨੂੰ ਪਿਆਰ ਕਰਦੇ ਆ ਤੇ ਫਿਰ ਸੋਵਰਨਿਟੀ ਦੇ ਉੱਤੇ ਖੜਦੇ ਕਿਉਂ ਨਹੀਂ ਇਹ ਹੱਕ ਕਿਉਂ ਨਹੀਂ ਲੈਣ ਦੀ ਗੱਲ ਕਰਦੇ ਤੁਸੀਂ ਹੁਣ ਦੂਸਰੇ ਬੰਨੇ ਦੂਸਰੇ ਸ਼ਬਦ ਦਿੱਤੇ ਆ ਸਵੈ ਨਿਰਣੇ ਦਾ ਹੱਕ ਫਿਰ ਇਹ ਹੱਕ ਦੇਣਾ ਕਿਨੂੰ ਐ ਇਹ ਹੱਕ ਹੋਣਾ ਕਿਨੂੰ ਚਾਹੀਦਾ ਸਵੈ ਨਿਰਣੇ ਦਾ ਸੈਲਫ ਡਿਟਰਮੀਨੇਸ਼ਨ ਦਾ ਕੋਈ ਤਾਂ ਉੱਥੇ ਵੱਸਦਾ ਹੋਣਾ ਚਾਹੀਦਾ ਹੈ ਕੋਈ ਤਾਂ ਉੱਥੇ ਹੁਣ ਇਹ ਤਾਂ ਨਹੀਂ ਹੈ ਗੋਰੇ ਜਦੋਂ ਉੱਥੇ ਰਾਜ ਕਰਨ ਗਏ ਗੋਰਿਆਂ ਨੇ ਕਿਹਾ ਜੇ ਅਸੀਂ ਟ੍ਰੇਨ ਲਿਆਂਦੀ ਅਸੀਂ ਇੱਥੇ ਕਾਰਖਾਨੇ ਲਾਏ ਅਸੀਂ ਤੁਹਾਨੂੰ ਫੋਨ ਲਿਆਤੇ ਅਸੀਂ ਟੈਲੀਵਿਜ਼ਨ ਲਿਆ ਦਿੱਤੇ ਪਰ ਭਾਰਤ ਦੇ ਉਹ ਜਿਹੜਾ ਇਹ ਮੁਲਕ ਸੀ ਉਹ ਕਹਿੰਦੇ ਨਹੀਂ ਸਾਨੂੰ ਸਾਰਾ ਕੁਝ ਤੁਸੀਂ ਲਿਆ ਕੇ ਦਿੱਤਾ ਤੁਹਾਡਾ ਧੰਨਵਾਦ ਹੈ ਪਰ ਤੁਸੀਂ ਆਪਣੇ ਮੁਲਕ ਜਾਓ ਇੰਗਲੈਂਡ ਵਾਪਸ ਜਾਓ ਤੁਸੀਂ ਅਸੀਂ ਇੱਥੇ ਆਪ ਅਸੀਂ ਇੱਥੇ ਰਾਜ ਕਰਨਾ ਦੱਸੋ ਭਾਈ ਜੇ ਗੋਰੇ ਮਾੜੇ ਸੀ ਤੇ ਫਿਰ ਆਪਾਂ ਇੰਗਲੈਂਡ 'ਚ ਕੀ ਕਰਨ ਡਏ ਆ ਜੇ ਗੋਰੇ ਮਾੜੇ ਸੀ ਆਪਾਂ ਕਿਹਾ ਗੋਰੇ ਬੜੇ ਮਾੜੇ ਆ ਜੀ ਇਹ ਫਿਰ ਆਪਾਂ ਇੰਗਲੈਂਡ ਚ ਕੀ ਕਰਨ ਡਿਆ ਅਸੀਂ ਅਮਰੀਕਾ ਚ ਕੀ ਕਰਨ ਡਿਆ ਕੈਨੇਡਾ ਚ ਕੀ ਪੰਜਾਬੀ ਕਰਨ ਡਿਆ ਆਸਟ੍ਰੇਲੀਆ ਚ ਵੀ ਗੋਰਾ ਵਸਦਾ ਉੱਥੇ ਕੀ ਕਰਨ ਡਏ ਗੋਰੇ ਨਹੀਂ ਮਾੜੇ ਪਰ ਉੱਥੇ ਗੋਰੀਆਂ ਦਾ ਸੈਲਫ ਡਿਟਰਮੀਨੇਸ਼ਨ ਤੇ ਸੋਵਰਨਿਟੀ ਦਾ ਜਿਹੜਾ ਹੱਕ ਖੋਇਆ ਸੀ ਉਹ ਮਾੜਾ ਸੀ ਉਹ ਕਹਿੰਦੇ ਜੀ ਤੁਸੀਂ ਸਾਡੇ ਤੇ ਰੂਲ ਕਰਦੇ ਹੋ ਜਿਹਦੇ ਨਾਲ ਸਾਡਾ ਧੱਕਾ ਹੁੰਦਾ ਹੈ ਤੁਸੀਂ ਸਾਡਾ ਇੱਥੋਂ ਕੱਚਾ ਮਾਲ ਲੈ ਜਾਂਦੇ ਹੋ ਇੰਗਲੈਂਡ ਦੇ ਵਿੱਚ ਪੱਕਾ ਕਰਦੇ ਹੋ ਫਿਰ ਸਾਨੂੰ ਹੀ ਵੇਚਦੇ ਹੋ ਇਸੇ ਤਰ੍ਹਾਂ ਹੀ ਪੰਜਾਬ ਦਾ ਕੱਚਾ ਮਾਲ ਪੰਜਾਬ ਦੀਆਂ ਫਸਲਾਂ ਉਹ ਬਾਈ ਕਰਕੇ ਲੈ ਜਾਂਦੇ ਨੇ ਉਹਨਾਂ ਤੋਂ ਆਟਾ ਦਾਲ ਸੀਰੀਅਲ ਕਰਕੇ ਦੁਨੀਆਂ ਭਰ ਦੇ ਵਿੱਚ ਦੇ-ਵੇਚਦੇ ਨੇ ਤੇ ਸਾਨੂੰ ਕੀ ਮਿਲਦਾ ਉਹਦੇ ਵਿੱਚੋਂ ਦੱਸੋ ਪੰਜਾਬੀਓ ਤੁਹਾਨੂੰ ਕੀ ਮਿਲਦਾ 200 240 ਰੁਪਏ ਕੇ 240 ਰੁਪਏ ਨੂੰ ਉਹ ਕਨਵਰਟ ਕਰਕੇ 15 15000 ਬਣਾ ਦਿੰਦੇ ਨੇ ਕਿ ਤੁਹਾਨੂੰ ਕੀ ਮਿਲਦਾ 240 ਰੁਪਏ ਕਿ ਇੰਨੀ 6 ਮਹੀਨੇ ਦੀ ਮਿਹਨਤ ਤੋਂ ਬਾਅਦ ਤੇ ਉਹਨਾਂ ਦੀ 3 ਵੀਕਾਂ ਦੀ ਮਿਹਨਤ ਤੋਂ ਬਾਅਦ ਉਹਨਾਂ ਨੂੰ 15000 ਬਚਦਾ ਹੈ ਤੇ ਤੁਹਾਨੂੰ 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ 240 ਰੁਪਏ ਇੱਕ ਬੋਰੀ ਪਿੱਛੇ ਬਣਦੇ ਨੇ ਉਹੀ ਇੱਕ ਬੋਰੀ ਦੇ ਉਹ 15000 ਬਣਾਉਂਦੇ ਨੇ ਹੁਣ ਜੇ ਗੋਰੇ ਇੰਨੇ ਹੀ ਮਾੜੇ ਸੀ ਤੇ ਫਿਰ ਉਹਨਾਂ ਨੂੰ ਇਹ ਕਿਉਂ ਕਹਿੰਦੇ ਸੀ ਵੀ ਭਾਈ ਹੁਣ ਆਪਾਂ ਕਿਉਂ ਇੱਥੇ ਰਹਿ ਰਹੇ ਆਂ ਗੱਲ ਸਮਝ ਆਈ ਨਾ ਸਿਰਫ ਉਦੋਂ ਉੱਥੇ ਵਸਣ ਵਾਲੇ ਜਿਹੜੇ ਲੋਕ ਸੀਗੇ ਭਾਰਤ ਤੇ ਪਾਕਿਸਤਾਨ ਦੋ ਮੁਲਕਾਂ ਦੇ ਜਿਹੜੇ ਇਕੱਠੇ ਸੀ ਬੰਗਾਲ ਵੀ ਵਿੱਚੇ ਹੀ ਸੀ ਉਹ ਬੰਗਲਾਦੇਸ਼ ਵੀ ਵਿੱਚੇ ਸੀ ਉਹ ਇਹ ਕਹਿੰਦੇ ਸੀ ਵੀ ਠੀਕ ਹੈ ਤੁਸੀਂ ਬੰਦੇ ਚੰਗੇ ਹੋ ਤੁਸੀਂ ਸਾਨੂੰ ਟ੍ਰੇਨਾਂ ਲਿਆਉਂਤੀਆਂ ਇੰਡਸਟਰੀ ਲਿਆਉਂਦੀ ਟੈਲੀਫੋਨ ਲਿਆਤਾ ਜਹਾਜ਼ ਲਿਆਤੇ ਪਰ ਸਾਡੇ ਕੋਲ ਸੋਵਰਨਿਟੀ ਤੇ ਸੈਲਫ ਡਿਟਰਮੀਨੇਸ਼ਨ ਨਹੀਂ ਹੈਗੀ ਸਾਨੂੰ ਇਹ ਚਾਹੀਦੀ ਹੈ ਪਹਿਲੇ ਨੰਬਰ ਤੇ ਤੁਸੀਂ ਵਾਪਸ ਜਾਓ ਆਪਣੇ ਉਹਨਾਂ ਨੂੰ ਇੰਗਲੈਂਡ ਭੇਜਿਆ ਤੇ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਸੋਵਰਨ ਤੇ ਸੈਲਫ ਡਿਟਰਮੀਨਲ ਬਣ ਚੁੱਕੇ ਹਾਂ ਹੁਣ ਸਾਡਾ ਰਾਜ ਆਇਆ 1947 ਦੇ ਵਿੱਚ ਉਹ ਕਹਿੰਦੇ ਜੀ 15 14 ਤਰੀਕ ਨੂੰ ਪਾਕਿਸਤਾਨ ਬਣ ਗਿਆ 15 ਨੂੰ ਉਹ ਕਹਿੰਦੇ ਹਾਂ ਹੁਣ ਸਾਡੇ ਕੋਲ ਰਾਜ ਆਇਆ ਤੇ ਹੁਣ ਜਦੋਂ ਤੁਸੀਂ ਪੰਜਾਬ ਦੇ ਲੋਕ ਤੁਸੀਂ ਇਹ ਕਹਿੰਦੇ ਹੋ ਵੀ ਭਾਈ ਸਾਡੇ ਕੋਲ ਸੋਵਰਨਿਟੀ ਹੈ ਨਹੀਂ ਕੀ ਸਾਡੇ ਕੋਲ ਸੈਲਫ ਡਿਟਰਮੀਨੇਸ਼ਨ ਨਹੀਂ ਹੈਗੀ ਕਿਉਂ ਉਹ ਕਹਿੰਦੇ ਤੁਹਾਨੂੰ ਕਿਉਂ ਚਾਹੀਦੀ ਹੈ ਕਿਉਂਕਿ ਤੁਸੀਂ ਇਸ ਖਿੱਤੇ 'ਚ ਵਸਦੇ ਹੋ ਇੱਥੇ ਤੁਹਾਡੇ ਪੁਰਖੇ ਰਹੇ ਨੇ ਇਹ ਤੁਹਾਡੀ ਜ਼ਮੀਨ ਹੈ ਤੇ ਇਤੋਂ ਹੋਣ ਵਾਲੇ ਇਸ ਧਰਤੀ ਦੇ ਫੈਸਲੇ ਲੈਂਣ ਦਾ ਹੱਕ ਤੁਹਾਨੂੰ ਹੈ ਗੋਰਿਆਂ ਨੂੰ ਨਹੀਂ ਹੈ ਗੱਲ ਸਮਝ ਆਈ ਇਹਦਾ ਹੱਕ ਇਹਦੇ ਫੈਸਲੇ ਲੈਣ ਦਾ ਹੁਣ ਪਾਣੀ ਤੁਹਾਡਾ ਹੈ ਫੈਸਲਾ ਕੋਈ ਹੋਰ ਕਰਨ ੜਿਆ ਜਦੋਂ 1947 ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਦੀ ਗੱਲ ਗੋਰਾ ਕਰਦਾ ਸੀ ਤੁਸੀਂ ਕਹਿੰਦੇ ਜੀ ਗੋਰੇ ਜੀ ਤੁਸੀਂ ਨਹੀਂ ਫੈਸਲਾ ਕਰ ਸਕਦੇ ਸਾਨੂੰ ਕਰਨ ਦਿਓ ਗੋਰਾ ਕਹਿੰਦਾ ਸੀ ਮੇਰਾ ਰਾਜ ਹੈ ਮੈਂ ਫੈਸਲਾ ਕਰੂੰਗਾ ਤੁਸੀਂ ਕਹਿੰਦੇ ਨਹੀਂ ਜੇ ਇਹੀ ਗੱਲ ਹੈ ਵੀ ਤੇਰਾ ਰਾਜ ਹੈ ਤੂੰ ਫੈਸਲਾ ਕਰੇਗਾ ਚੱਲ ਵਾਪਸ ਆਪਣੇ ਇੰਗਲੈਂਡ ਨੂੰ ਤੁਸੀਂ ਭੇਜ ਦਿੱਤਾ ਵਾਪਸ ਉਹਨਾਂ ਨੂੰ ਹੁਣ ਇਹੀ ਫਾਰਮੂਲਾ ਤੁਸੀਂ ਆਪਣੇ ਪੰਜਾਬ ਤੇ ਲਾਗੂ ਕਰਕੇ ਦੇਖੋ ਵੀ ਜਦੋਂ ਹੁਣ ਪੰਜਾਬ ਦੇ ਪਾਣੀਆਂ ਦਾ ਫੈਸਲਾ ਕਰਨਾ ਹੁੰਦਾ ਹੈ ਇਹ ਉਦੋਂ ਕੌਣ ਫੈਸਲਾ ਕਰਦਾ ਤੁਸੀਂ ਕਰਦੇ ਹੋ ਕਿ ਕੋਈ ਹੋਰ ਕਰਦਾ ਦੱਸੋ ਪੰਜਾਬੀਓ ਕਿਹੜਾ ਫੈਸਲਾ ਕਰਦਾ ਸੋ ਇਹ ਹੈ ਪ੍ਰਭੂ ਸਤਾ ਤੇ ਸੋਵਰਨਟੀ ਜਿਹਦਾ ਜ਼ਿਕਰ موسیਵਾਲਾ ਨੇ ਕੀਤਾ ਜਿਹਦਾ ਜ਼ਿਕਰ ਦੀਪ ਸਿੱਧੂ ਨੇ ਕੀਤਾ ਹੁਣ ਪੰਜਾਬ ਦੇ ਲੋਕੋ ਅਸਲ ਗੱਲ ਹੁੰਦੀ ਹੈ ਕਿ ਇਹ ਲਈ ਕਿੰਦਾ ਜਾ ਸਕਦੀ ਹੈ ਇਹ ਨਵੀਂ ਚੀਜ਼ ਤਾਂ ਪੈਦਾ ਨਹੀਂ ਹੋਈ ਕੋਈ ਨਵੀਂ ਚੀਜ਼ ਤਾਂ ਪੈਦਾ ਨਹੀਂ ਹੋਈ ਵੀ ਤੁਸੀਂ ਅੱਜ ਕਿਹਾ ਜੀ ਸਾਨੂੰ ਸੋਵਰਨਿਟੀ ਆ ਗਈ ਹੈ ਪ੍ਰਭੂ ਸੱਤਾ ਆ ਗਈ ਹੈ ਸਾਨੂੰ ਸੈਲਵ ਡਿਟਰਮੀਨੇਸ਼ਨ ਆ ਗਈ ਹੈ ਖੁਦਮੁਖਤਿਆਰੀ ਆ ਗਿਆ ਸੀ ਇਹ ਲੈ ਲੀਏ ਹੁਣ ਇਹ ਲਈ ਕਿੰਦਾ ਜਾ ਸਕਦੀ ਹੈ ਲੈਣ ਦੇ ਤਰੀਕੇ ਇਤਿਹਾਸ ਦੇ ਵਿੱਚੋਂ ਤੁਸੀਂ ਪੜ੍ਹ ਕੇ ਦੇਖਣੇ ਨੇ ਵੀ ਦੋ ਤਰੀਕੇ ਮੇਨ ਹੈ ਹੈ ਤਾਂ ਬਹੁਤ ਕੁਝ ਹੈ ਪਰ ਦੋ ਤਰੀਕੇ ਜੇ ਸਿੰਪਲੀ ਤੋਂ ਸਿੰਪਲੀ ਫਾਰਮੂਲਾ ਪਤਾ ਨੂੰ ਬਣਾ ਕੇ ਦੇਣਾ ਹੋਵੇ ਇੱਕ ਹੈ ਜੀ ਤੁਸੀਂ ਲੜ ਕੇ ਲੈ ਲੈਂਦੇ ਹੋ ਬਾਵਾ ਦੇ ਜ਼ੋਰ ਦੇ ਉੱਤੇ ਲੈ ਲੈਨੇ ਹੋ ਕਿ ਅਸੀਂ ਭਾਈ ਆ ਰੈਵਲੂਸ਼ਨ ਕਰਤਾ ਤਖਤਾ ਪਲਟ ਦਿੱਤਾ ਦੋ ਤਰੀਕੇ ਨੇ ਦੂਸਰਾ ਤਰੀਕਾ ਹੈ ਕਿ ਡੈਮੋਕ੍ਰੈਟਿਕ ਤਰੀਕਾ ਜਿੱਥੇ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਆ ਸਮੱਸਿਆ ਆ ਗਈ ਹੈ ਆਪਾਂ ਲੋਕਾਂ ਕੋਲੋਂ ਪੁੱਛ ਲੈਨੇ ਵੀ ਲੋਕ ਕੀ ਚਾਹੁੰਦੇ ਨੇ ਉਹਨੂੰ ਕਹਿੰਦੇ ਜੀ ਡੈਮੋਕ੍ਰੈਟਿਕ ਤਰੀਕਾ ਵੋਟਾਂ પાਕੇ ਲੋਕ ਦੱਸਦੇ ਨੇ ਲੋਕਾਂ ਨੂੰ ਆਪੋ ਆਪਣੇ ਵਿਚਾਰ ਦਿੱਤੇ ਜਾਂਦੇ ਨੇ ਦੇਖੋ ਆ ਜੀ ਵੱਡਾ ਮੁਲਕ ਹੈ ਤੁਸੀਂ ਇਹਦੇ ਨਾਲ ਰਹੋ ਤੁਹਾਨੂੰ ਬੜਾ ਫਾਇਦਾ ਹੋਊਗਾ ਉਹ ਕਹਿੰਦੇ ਜੀ ਵੱਡੇ ਮੁਲਕ ਨੂੰ ਤਾਂ ਰੋਟੀ ਦੇਣ ਕੋਲ ਪੈਸੇ ਨਹੀਂ ਹੈਗੇ ਇਹਨਾਂ ਦੇ ਲੋਕਾਂ ਨੂੰ ਤਾਂ ਅੱਜ ਤੱਕ ਇਹ ਪਖਾਨੇ ਗੁਸਲਖਾਨੇ ਬਣਾ ਕੇ ਨਹੀਂ ਦੇ ਸਕਿਆ ਵੱਡੇ ਮੁਲਕ ਦਾ ਕੀ ਪਤਾ ਇਹਨੂੰ ਜੀ ਸਮੁੰਦਰ ਲੱਗਦਾ ਹੈ ਉਹ ਕਹਿੰਦੇ ਜੀ ਸਮੁੰਦਰ ਲੱਗਦਾ ਸਮੁੰਦਰ ਚੋਂ ਪਾਣੀ ਕੱਢਣਾ ਹੈ ਮੱਛੀਆਂ ਫੜਨੀਆਂ ਨੇ ਇੰਨੇ ਕੁ ਲੋਕ ਸਾਡੇ ਜਿੰਨੀਆਂ ਇੱਕ ਮੱਛੀਆਂ ਅਸੀਂ ਖਾਣੀਆਂ ਨਹੀਂ ਨਿਕਾ ਤਾਂ ਸਾਡੇ ਤਲਾਬਾਂ ਚ ਪਈਆਂ ਹੋਈਆਂ ਨੇ ਏ ਜੀ ਸਮੁੰਦਰ ਨਾਲ ਵਪਾਰ ਹੁੰਦਾ ਤੇ ਅੱਜ ਕਿਹੜਾ ਉਹ ਕਹਿੰਦੇ ਸਾਡੇ ਨਾਲ ਸਮੁੰਦਰ ਲੱਗਣ ਡਿਆ ਅੱਜ ਵੀ ਤਾਂ ਅਸੀਂ ਲੈਂਡਲੌਕ ਹੀ ਆ ਅੱਜ ਵੀ ਸਾਡੀ ਕਿਹੜੀ ਕਣਕ ਅਸੀਂ ਸਮੁੰਦਰਾਂ ਚ ਭੇਜ ਕੇ ਉੱਥੋਂ ਭੇਜਣ ਡੇ ਨੇ ਕੱਲ ਨੂੰ ਵੀ ਇੰਦੇ ਹੀ ਜਾਣੀ ਐ ਅੱਜ ਵੀ ਇੰਦੇ ਹੀ ਜਾਂਦੀ ਐ ਉਹ ਕਹਿੰਦੇ ਜੀ ਆ ਦੇਖੋ ਸਾਡੇ ਮੂਲਕ ਵੱਡਾ ਮੂਲਕ ਐ ਇੱਚ ਕੋਲਾ ਐ ਕੋਲੇ ਦੇ ਨਾਲ ਬਿਜਲੀ ਬਣਦੀ ਉਹ ਕਹਿੰਦੇ ਸਾਨੂੰ ਜਿੰਨੀ ਕਿ ਬਿਜਲੀ ਚਾਹੀਦੀ ਐ ਉਹ ਤਾਂ ਸਾਡੇ ਪਾਣੀ ਤੋਂ ਬਣ ਜਾਂਦੀ ਐ ਸੋ ਗੱਲ ਸਮਝ ਆਈ ਪੰਜਾਬ ਦੇ ਲੋਕੋ ਤੁਹਾਡੇ ਨਾਲ ਹੋਇਆ ਕੀ ਅਤੇ ਹੋ ਕੀ ਸਕਦਾ ਸੋ ਦੂਸਰਾ ਤਰੀਕਾ ਹੈ ਡੈਮੋਕਰੈਟਿਕ ਤਰੀਕਾ ਜਿਹਦੇ ਨਾਲ ਤੁਸੀਂ ਲੋਕਾਂ ਕੋਲੋਂ ਪੁੱਛ ਸਕਦੇ ਹੋ ਵੀ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਅਵੇਅਰ ਕਰ ਸਕਦੇ ਹੋ ਤੇ ਅੱਜ ਦਾ ਸਭ ਤੋਂ ਵੱਡਿਆ ਤਰੀਕਾ ਜਿਹੜਾ ਉਹ ਇਹੀ ਤਰੀਕਾ ਹੈ ਦੁਨੀਆ ਦੀਆਂ ਸਰਕਾਰਾਂ ਇਹਨੂੰ ਮਾਨਤਾ ਦਿੰਦੀਆਂ ਨੇ ਜਦੋਂ ਤੁਸੀਂ ਨਾਨ ਵਾਇਲੈਂਟ ਮੂਵਮੈਂਟ ਚਲਾਉਂਦੇ ਹੋ ਤੁਸੀਂ ਪੀਸਫੁੱਲ ਰਹਿ ਕੇ ਲੋਕਾਂ ਨੂੰ ਉਹਨਾਂ ਦਾ ਹੱਕ ਦਵਾਉਂਦੇ ਹੋ ਤੇ ਫਿਰ ਦੁਨੀਆ ਵੀ ਕਹਿੰਦੀ ਵੀ ਭਾਈ ਠੀਕ ਹੈ ਇਹੀ ਤਾਂ ਪ੍ਰਭੂ ਸੱਤਾ ਹੈ ਇਹੀ ਤਾਂ ਕਾਨੂੰਨ ਹੈ ਕੁਦਰਤ ਦਾ ਅਸੀਂ ਦਿੱਤਾ ਹੈ ਕਿਊਬਿਕ ਵਾਲਿਆਂ ਨੇ ਦਿੱਤਾ ਹੈ ਕੈਨੇਡਾ ਨੇ ਕਿਊਬਿਕ ਨੂੰ ਦਿੱਤਾ ਹੈ ਲੋਕਾਂ ਨੇ ਕਿਹਾ ਜੀ ਨਹੀਂ ਅਸੀਂ ਕੈਨੇਡਾ ਦੇ ਨਾਲ ਆਣਾ ਦੇਖੋ ਕਿੱਡਾ ਵਰਦਿਆ ਅੱਜ ਵੀ ਰਾਜੀ ਖੁਸ਼ੀ ਰਹਿੰਦੇ ਨੇ ਆ ਸਕਾਟਲੈਂਡ ਵਾਲਿਆਂ ਨੂੰ ਦਿੱਤਾ ਇੰਗਲੈਂਡ ਵਾਲਿਆਂ ਨੇ ਉਹਨੇ ਕਿਹਾ ਜੀ ਨਹੀਂ ਸਕਾਟਿਸ਼ ਪੀਪਲ ਨੇ ਕਿਹਾ ਕਿ ਅਸੀਂ ਇੰਗਲੈਂਡ ਦੇ ਨਾਲ ਰਹਿਣਾ ਚਾਹੁੰਦੇ ਹਾਂ ਅੱਜ ਵੀ ਬੜੇ ਰਾਜੀ ਖੁਸ਼ੀ ਰਹਿੰਦੇ ਨੇ ਇਸੇ ਤਰ੍ਹਾਂ ਹੀ ਅੱਜ ਭਾਰਤ ਦੀ ਐਗਜ਼ਾਮਪਲ ਲਈਏ ਗੋਆ ਦੇ ਵਿੱਚ ਰੈਫਰੈਂਡਮ ਹੋਇਆ ਗੋਆ ਭਾਰਤ ਦੇ ਨਾਲ ਰਾਜੀ ਖੁਸ਼ੀ ਰਹਿੰਦੇ ਨੇ ਉਹ ਜੂਨਾਗੜ ਦਾ ਰੈਫਰੈਂਡਮ ਹੋਇਆ ਜੂਨਾਗੜ ਭਾਰਤ ਦੇ ਵਿੱਚ ਰਲ ਗਿਆ ਰਾਜੀ ਖੁਸ਼ੀ ਰਹਿਣ ਦੇ ਨੇ ਕਿਸੇ ਨੂੰ ਨਹੀਂ ਕੋਈ ਦਿੱਕਤ ਈਸਟ ਦੇ ਵਿੱਚ ਸਿੱਕਮ ਦਾ ਰੈਫਰੈਂਡਮ ਹੋਇਆ ਲੋਕਾਂ ਨੇ ਕਿਹਾ ਜੀ ਅਸੀਂ ਭਾਰਤ ਦੇ ਨਾਲ ਰਹਿਣਾ ਹੈ ਬੜਾ ਰਾਜੀ ਖੁਸ਼ੀ ਰਹਿਣ ਦੇ ਨੇ ਭਾਰਤ ਦੇ ਨਾਲ ਰਹੀ ਜਾਂਦੇ ਨੇ ਤੇ ਜੇ ਅੱਜ ਕੋਈ ਲੋਕ ਮੰਗਦੇ ਨੇ ਉਹ ਕਹਿੰਦੇ ਜੀ ਇਹ ਅਤਵਾਦ ਹੋ ਗਿਆ ਹੈ ਫੈਸਲਾ ਪੰਜਾਬ ਦੇ ਲੋਕ ਕਰਨ ਆਪਣੇ ਪੂਖ ਦੇ ਬਾਰੇ ਸੋ ਆਓ ਅੱਜ ਪੰਜਾਬ ਦੇ ਪੂਖ ਦੀ ਗੱਲ ਕਰਨੀ ਹੈ ਜਿਹੜੀ ਸਮਾਟਿਕ ਟਿੱਕ ਕਰ ਰਿਹਾ ਜੀ ਖੁਸ਼ੀ ਹੁਣ ਖੁਸ਼ਖਬਰੀ ਵਾਲੀ ਆਪਾਂ ਗੱਲਬਾਤ ਸੁਣਾਈਏ ਤੁਹਾਨੂੰ ਸੀਰੀਅਸ ਗੱਲਾਂ ਤਾਂ ਬਹੁਤ ਹੋ ਗਈਆਂ ਇਹ ਖਬਰ ਆਈ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਵਿਆਹ ਆ ਜੀ ਕੱਲ ਨੂੰ ਲਓ ਜੀ ਪੰਜਾਬੀਓ ਵਿਆਹ ਆ ਗਿਆ ਹੈ ਕੜਾਈਆਂ ਤਰ ਲੋ ਲਡੂ ਬਣਾ ਲਓ ਭਾਜੀ ਵੰਡ ਲੋ ਜੋ ਜੋ ਗਿੱਧਾ ਭੰਗੜਾ ਪਾਉਣਾ ਪਾ ਲੋ ਪੰਜਾਬ ਦੇ ਮੁੱਖ ਮੰਤਰੀ ਦਾ ਦੂਜਾ ਵਿਆਹ ਆ ਰਿਹਾ ਹੈ ਹੁਣ ਆਪਾਂ ਨੂੰ ਕੋਈ objections ਨਹੀਂ ਹੈ ਭਾਈ ਉਹ ਦੂਸਰਾ ਕਰਾਉਣ ਤੀਸਰਾ ਕਰਾਉਣ ਚੌਥਾ ਕਰਾਉਣ ਪੰਜਵਾਂ ਕਰਾਉਣ ਛੇਵਾਂ ਕਰਾਉਣ ਪਰ ਮਸਲਾ ਇੱਥੇ ਹੈ ਵੀ ਜਿਨ੍ਹਾਂ ਨੇ Facebookਾਂ ਦੇ ਉੱਤੇ ਪਾਇਆ ਸੀ ਦੇਖੋ ਜੀ ਉਹਨਾਂ ਨੇ ਆਪਣਾ ਪਰਿਵਾਰ ਛੱਡ ਕੇ ਅਮਰੀਕਾ 'ਚ ਆਪਣਾ ਪਰਿਵਾਰ ਛੱਡਿਆ ਏ ਤਲਾਕ ਕਰਾ ਲਿਆ ਉਹਨਾਂ ਨੇ ਪੰਜਾਬ ਨੂੰ ਚੂਜ਼ ਕੀਤਾ ਉਹਨਾਂ ਨੇ ਪਰਿਵਾਰ ਨੂੰ ਨਹੀਂ ਪਹਿਲ ਦਿੱਤੀ ਇਹਨਾਂ ਨੂੰ ਵੋਟਾਂ ਪਾਓ ਵੋਟਾਂ ਪਾਓ ਵੋਟਾਂ ਪੈ ਗਈਆਂ ਤੇ ਫਿਰ ਉਹਨਾਂ ਨੇ ਪਰਿਵਾਰ ਕਹਿੰਦੇ ਹੁਣ ਪਰਿਵਾਰ ਬਸੋਣਾ ਹੁਣ ਦੇਖੋ ਮਾਵਾਂ ਨੂੰ ਹੁੰਦਾ ਕਿ ਮੇਰੇ ਪੁੱਤਾਂ ਦਾ ਵਿਆਹ ਹੋਵੇ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਵੀ ਇਹੀ ਸੀਗਾ ਕਿ ਮੇਰਾ ਪੁੱਤ ਜਵਾਨ ਹੋਇਆ ਇਹਦਾ ਮੈਂ ਵਿਆਹ ਕਰੂੰਗੀ ਚਾਹ ਕਰੂੰਗੀ ਲਾਡ ਕਰੂੰਗੀ ਨਾਉ ਲਿਆਉਂਗੀ ਵਿਆਹ ਕੇ ਕਰੇ ਉਹਦੇ ਤਾਂ ਰਹਿ ਗਏ ਕਿਉਂਕਿ ਉਹਦੀ ਤਾਂ ਸਿਕਿਉਰਿਟੀ ਹਟਾ ਲਈ ਉਹਦੇ ਤਾਂ ਨੌਜਵਾਨ ਦਾ ਚਿੱਟੇ ਦਿਨ ਚ ਕਤਲ ਹੋ ਗਿਆ ਪਰ ਹੁਣ ਦੁਨੀਆਦਾਰੀ ਤਾਂ ਚੱਲੀ ਜਾਣੀ ਹੈ ਹੁਣ ਉਹਨਾਂ ਫੇਸਬੁੱਕ ਹੀ ਵਿਦਵਾਨਾਂ ਦਾ ਕੀ ਬਣੂਗਾ ਜਿਹੜੇ ਕਹਿੰਦੇ ਸੀ ਪਰਿਵਾਰ ਛੱਡ ਲਿਆ ਪੰਜਾਬ ਫੜ ਲਿਆ ਪੰਜਾਬ ਤਾਂ ਇਉਂ ਦੇਖ ਲਓ ਕਿੱਡੀ ਕੁਰਬਾਨੀ ਕਰ ਦਿੱਤੀ ਤੇ ਹੁਣ ਕੁਰਬਾਨੀ ਹਟ ਗਈ ਜੀ ਫਿਰ ਹੁਣ ਕਿਹੜੇ ਰਸਤੇ ਜਾਵਾਂਗੇ ਸੋ ਖੈਰ ਇਹ ਨਿੱਜੀ ਮਾਮਲਾ ਹੁੰਦਾ ਨਿੱਜੀ ਮਾਮਲੇ ਦੇ ਵਿੱਚ ਆਪਾਂ ਨੂੰ ਘੱਟ ਹੀ ਦਖਲ ਅੰਦਾਜ਼ੀ ਕਰਨੀ ਚਾਹੀਦੀ ਐ ਸਿਰਫ ਆਪਾਂ ਖਬਰ ਦੇ ਤੌਰ ਤੇ ਤੁਹਾਨੂੰ ਦੱਸ ਰਹੇ ਆਂ ਨਾ ਸਾਨੂੰ ਇਹਦੇ ਉੱਤੇ ਕੋਈ ਕੈਂਟੂ ਐ ਪਰੰਤੂ ਐ ਕੋਈ ਵਿਆਹ ਕਰਾਵੇ ਕੋਈ ਨਾ ਕਰਾਵੇ ਕੋਈ ਦੂਸਰਾ ਕਰਾਵੇ ਕੋਈ ਜੇ ਨਹੀਂ ਜ਼ਿੰਦਗੀ ਚੱਲਦੀ ਡਾਈਵੋਰਸ ਕਰ ਲਿਆ ਉਹਨਾਂ ਨੇ ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਸੌਹ ਚੱਕਣੀ ਸੀ ਉਦੋਂ ਦਾ ਵੱਡੀਆਂ ਵੱਡੇ ਇਸ਼ਤਿਹਾਰ ਲੱਗੇ ਦੇਖੋ ਜੀ ਬੱਚੇ ਬੱਚੇ ਕਿਉਂ ਨਹੀਂ ਆ ਸਕਦੇ ਅਗਲੇ ਤੇ ਤੁਹਾਡੇ ਵੀ ਬੱਚੇ ਨੇ ਉਹਨਾਂ ਦੇ ਵੀ ਬੱਚੇ ਨੇ ਤੇ ਬੱਚਿਆਂ ਦੀ ਉਮਰ ਵੀ ਤੁਸੀਂ ਨੋਟ ਕਰਨੀ ਹੈ ਬੱਚੀ ਦੀ ਉਮਰ ਵੀ ਪਤਾ ਨਹੀਂ 16 17 ਸਾਲ ਹੈ ਤੇ ਨਵੀਂ ਮੰਮੀ ਜਿਹੜੀ ਆ ਉਹ ਮੇਰੇ ਖਿਆਲਾਂ ਆ 12 13 ਸਾਲੀ ਵੱਡੇ ਨੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਉਮਰ ਅਜ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਇਹੀ ਕਹਿੰਦੇ ਹੁੰਦੇ ਸੀ ਨਾ ਜਦੋਂ ਚੁਟਕਲੇ ਸੁਣਾਉਂਦੇ ਸੀ ਦਿਲ ਹੋਣਾ ਚਾਹੀਦਾ ਜਵਾਨ ਉਮਰ ਅਜ ਕੀ ਰੱਖਿਆ ਸੋ ਭਗਵੰਤ ਮਾਨ ਹੁਣ ਦੀ ਉਮਰ 43 45 ਸਾਲ ਹੈ ਲਗਭਗ ਤੇ ਜਿਹੜੇ ਉਹਨਾਂ ਦੇ ਨਵੇਂ ਵਾਈਫ ਨੇ ਬਣ ਨਾਲੇ ਵਾਈਫ ਨੇ ਅੱਜ ਵਿਆਹ ਹੋਣਾ ਆ ਉਹ 29 ਸਾਲਾਂ ਦੇ ਨੇ 93 ਦਾ ਜਨਮ ਹੈ ਜੀ ਉਹਨਾਂ ਦਾ 93 ਦਾ ਇੰਗਲਿਸ਼ ਚ ਦੱਸੀਏ 1993 ਜਿਹਨੂੰ ਕਹਿੰਦੇ ਨੇ ਉਹਨਾਂ ਨੇ ਹੁਣੇ-ਹੁਣੇ ਹੀ ਹਰਿਆਣੇ ਤੋਂ ਡਾਕਟਰੀ ਦੀ ਡਿਗਰੀ ਜਿਹੜੀ ਲਈ ਹੈ ਪੜ੍ਹਾਈ ਕਰ ਰਹੀ ਸੀ ਤੇ ਮੰਮੀ ਜੀ ਨੇ ਕਿਹਾ ਸੀਗਾ ਵੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਕੁਝ ਬਣਨ ਤੋਂ ਬਾਅਦ ਵਿਆਹ ਜਿਹੜਾ ਤਾਂ ਅਡਾ ਕਰਾਂਗੇ ਸੋ ਆ ਕੱਲ ਨੂੰ ਨਿੱਜੀ ਪ੍ਰੋਗਰਾਮ ਹੋਣਾ ਜੀ ਉਹਦੇ ਉੱਤੇ ਆਣ ਕੇ ਅਰਵਿੰਦ ਕੇਜਰੀਵਾਲ ਹੁਣਾਂ ਨੇ ਵੀ ਵਧਾਈ ਦੇਣੀ ਹੈ ਦਿੱਲੀ ਤੋਂ ਸੋ ਪੰਜਾਬ ਦੇ ਮੁੱਖ ਮੰਤਰੀ ਦਾ ਵਿਆਹ ਆ ਜੀ ਡਾਕਟਰ ਲੱਗੇ ਹੋਏ ਨੇ ਬੀਬਾ ਜੀ ਤੇ 1993 ਦਾ ਉਹਨਾਂ ਦਾ ਜਨਮ ਹੈ ਸੋ ਲਗਭਗ ਉਮਰ ਜਿਹੜੀ ਹੈ 29 30 ਸਾਲ ਜਿਹੜੀ ਉਹਨਾਂ ਦੀ ਉਮਰ ਬਣਦੀ ਹੈ 29 ਕੇ ਸਾਲ ਅ ਛੋਟੇ ਮੰਮੀ ਜਿਹੜੇ ਹੁਣ ਹੈਗੇ ਆ ਜੀ ਉਹ ਬੱਚਿਆਂ ਦੀ ਉਮਰ ਹੈ ਭਗਵੰਤ ਮਾਨ ਹੁਣਾਂ ਦੇ ਤੁਸੀਂ ਨੋਟ ਕਰ ਲਓ ਤੁਸੀਂ ਦੇਖਿਆ ਨੇ ਉਦੋਂ ਬੜੀਆਂ ਤਸਵੀਰਾਂ ਉਹਨਾਂ ਦੀਆਂ ਦੇਖਿਆ ਨੇ ਸੋ ਹੁਣ 10 ਕੇ ਸਾਲ ਦਾ ਫਰਕ ਹੈ ਜੀ ਛੋਟੇ ਮੰਮੀ ਉਹਨਾਂ ਦਾ ਨਵੇਂ ਮੰਮੀ ਉਹਨਾਂ ਦਾ ਖੈਰ ਸਾਡਾ ਕੰਮ ਨਹੀਂ ਹੈ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਤੰਜ ਕਸਣਾ ਪਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਵੀ ਭਾਈ ਜਿਨ੍ਹਾਂ ਨੇ ਹੁਣ ਫੇਸਬੁੱਕਾਂ ਕਾਲੀਆਂ ਕੀਤੀਆਂ ਸੀ ਉਹ ਹੁਣ ਲਿਖ ਲੈਣ ਵਧਾਈਆਂ ਫਿਰ ਅੱਜ ਕਿਉਂ ਨਹੀਂ ਵਧਾਈਆਂ ਲਿਖਦੇ ਤੁਸੀਂ ਭਾਈ ਕਿਸੇ ਦੀ ਜ਼ਿੰਦਗੀ ਦੇ ਵਿੱਚ ਜੇ ਖੁਸ਼ੀ ਆ ਰਹੀ ਹੈ ਚਲੋ ਸਿੱਧੂ ਮੂਸੇਵਾਲਾ ਦਾ ਪਰਿਵਾਰ ਅੱਜ ਦੁਖੀ ਹੈ ਕੋਈ ਗੱਲ ਨਹੀਂ ਪਰ ਜ਼ਿੰਦਗੀ ਤਾਂ ਚਲਦੀ ਰਹਿੰਦੀ ਹੈ ਜ਼ਿੰਦਗੀ ਜ਼ਿੰਦਗੀ ਤਾਂ ਅੱਗੇ ਵੱਧਦੀ ਹੈ ਉਹ ਮਾਂ ਆਪਣੇ ਪੁੱਤ ਦਾ ਨਹੀਂ ਵਿਆਹ ਕਰ ਸਕੀ ਦੀਪ ਸਿੱਧੂ ਦਾ ਪਰਿਵਾਰ ਉਹਦਾ ਵਿਆਹ ਨਹੀਂ ਕਰ ਸਕਿਆ ਉਹ ਪੰਜਾਬ ਦੇ ਲਈ ਉਹਦੀ ਸੋਵਰਨਿਟੀ ਮੰਗਦੇ ਉਹਦੀ ਸੈਲਫ ਡਿਟਰਮੀਨੇਸ਼ਨ ਮੰਗਦੇ ਲੋਕਾਂ ਨੂੰ ਖੜ੍ਹਾ ਕਰਦੇ ਆਪਣਾ ਜ਼ਿੰਦਗੀ ਦਾ ਸਫ਼ਰ ਭਾਣਾ ਜਿਹੜਾ ਉਹ ਪੂਰਾ ਕਰ ਗਏ ਹੁਕਮ ਜਿਹੜਾ ਉਹ ਪੂਰਾ ਕਰ ਗਏ ਪਰ ਜੇ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਸਾਨੂੰ ਉਹਦੀ ਖੁਸ਼ੀ ਦੇ ਵਿੱਚ ਲਤ ਨਹੀਂ ਅੜਾਉਣੀ ਚਾਹੀਦੀ ਉਹਦੀ ਖੁਸ਼ੀ ਦੇ ਵਿੱਚ ਵਧਾਈਆਂ ਦੇਣੀਆਂ ਚਾਹੀਦੀਆਂ ਸੋ ਵਧਾਈਆਂ ਦਿਓ ਜੀ ਅੱਜ ਪੰਜਾਬ ਵਾਲਿਓ ਖਾਸ ਤੌਰ ਤੇ ਉਹ ਫੇਸਬੁਕਾਂ ਦੇ ਵਿਦਵਾਨ ਜਿਹੜੇ ਕਹਿੰਦੇ ਸੀ ਦੇਖੋ ਕੁਰਬਾਨੀ ਕਿੱਡੀ ਕਰ ਦਿੱਤੀ ਐ ਤੇ ਅੱਜ ਫਿਰ ਹੁਣ ਕੁਰਬਾਨੀ ਵਾਰਸ ਦੇ ਦੀਏ ਉਹ ਉਸ ਦਿਨ ਦੇਖੋ ਉਹ ਇੱਕ ਜਿਹੜੀ ਅਸਲੀ ਗੱਲ ਤੇ ਉੱਤੇ ਆਉਂਦੇ ਆ ਉਸ ਦਿਨ ਵੀ ਉਹਨਾਂ ਦਾ ਨਿੱਜੀ ਮਾਮਲਾ ਸੀ ਅੱਜ ਵੀ ਉਹਨਾਂ ਦਾ ਨਿੱਜੀ ਮਾਮਲਾ ਹੈ ਉਹ ਵਿਆਹ ਕਰਾਉਂਦੇ ਨੇ ਉਹ ਕਿੰਨੀ ਉਮਰ ਦੇ ਬੱਚੇ ਨਾਲ ਵਿਆਹ ਕਰਾਉਂਦੇ ਨੇ 93 ਚ ਜਨਮ ਹੋਇਆ ਹੋਵੇ 29 ਸਾਲ ਉਮਰ ਹੋਵੇ ਡਾਕਟਰ ਲੱਗੇ ਹੋਣ ਇੰਜੀਨੀਅਰ ਲੱਗੇ ਹੋਣ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਤੇ ਉਹ ਰਹਿਣ ਦੀ ਉਹਨਾਂ ਦਾ ਨਿੱਜੀ ਫੈਸਲਾ ਪਰ ਜਿਹੜੇ ਫੇਸਬੁੱਕ ਵਾਲੇ YouTube ਵਾਲੇ ਵਿਦਵਾਨ ਸੀਗੇ ਕਹਿੰਦੇ ਜੀ ਕੁਰਬਾਨੀ ਦੇਖੋ ਕਿੰਦੀ ਵੱਡੀ ਹੈ ਉਹ ਹੁਣ 10 ਦਿਨ ਵੀ ਹੁਣ ਕੁਰਬਾਨੀ ਵਾਪਸ ਕਰਨੀ ਹੈ ਕੀ ਕਰਨਾ ਹੈ ਕਿਹੜਾ ਟਾਈਟਲ ਦੇਣਾ ਹੈ ਚਲੋ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਪਰ ਮੁਬਾਰਕਾਂ ਹੈ ਜੀ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਸੀਐਮ ਦਾ ਵਿਆਹ ਹੈ ਤੇ ਜਿਹੜੇ ਸੀਐਮ ਦੇ ਵਾਈਫ ਨੇ ਉਹ ਡਾਕਟਰ ਵੀ ਨੇ ਮੁਹੱਲਾ ਕਲੀਨਿਕ ਚ ਵੀ ਉਹ ਸਾਥ ਦੇ ਦੇਣਗੇ ਕਿਉਂਕਿ 16000 ਮੁਹੱਲਾ ਕਲੀਨਿਕ ਉਹਨਾਂ ਨੇ ਬਣਾਉਣੇ ਨੇ ਉਹਦੇ ਚ 117 ਬਣੇ ਨੇ ਦੇਖੋ 117 ਦਾ ਉਹਨਾਂ ਨੇ ਕਿਹਾ ਜੀ 117 ਸ਼ੁਰੂ ਕਰ ਦਿੱਤੇ ਨੇ ਅ ਅਸੀਂ ਨਿਸ਼ਾਨਦੇਹੀ ਕਰਦੇ ਆ 200 ਡਾਕਟਰ ਪ੍ਰਤੀ ਕਰ ਲੈ 16000 50 ਸਾਲਾਂ ਚ ਬਣਾ ਕੇ ਦੇਣਗੇ ਤੁਹਾਨੂੰ ਤੇ ਡਾਕਟਰ ਚਾਹੀਦੇ ਨੇ ਉਹਦੇ ਲਈ ਡਾਕਟਰ ਉਹਨਾਂ ਨੂੰ ਹੋਣੇ ਚਾਹੀਦੇ ਨੇ ਅ ਮੁਬਾਰਕਾਂ ਜੀ ਪੰਜਾਬ ਦੇ ਲੋਕਾਂ ਨੂੰ ਵੀ ਡਾਕਟਰ ਵੀ ਮਿਲ ਗਏ ਨੇ ਪਰ ਆ ਬੰਦਾ ਤੁਸੀਂ ਲੱਭ ਕੇ ਲਿਆਉਣਾ ਆ ਸਾਰਿਆਂ ਨੇ। ਇਸ ਬੰਦੇ ਨੇ ਮੱਤੇਵਾੜਾ ਦੇ ਨਾਲ ਇਨਸਾਫ ਕਰਾਇਆ ਸੀ। ਇਹਨਾਂ ਨੇ ਜੰਗਲ ਨਹੀਂ ਤਬਾਹ ਹੋਣ ਦਿੱਤਾ ਸੀ। ਜੇ ਆ ਜੇ ਬੰਦਾ ਲੱਭ ਜਵੇ ਕਿਤੇ ਤੁਹਾਨੂੰ ਉਹਨੂੰ ਜਾ ਕੇ ਤੁਸੀਂ ਦੱਸਿਓ ਵੀ ਭਾਈ ਜਿਹੜੇ ਤੁਸੀਂ ਫੁੱਲ ਬੂਟੇ ਲਾ ਕੇ ਉੱਥੇ ਜੰਗਲ ਬਣਾ ਕੇ ਆਏ ਸੀ ਪੰਜਾਬ ਦੇ ਲੋਕਾਂ ਨੂੰ ਤੁਸੀਂ ਇੱਧਰ ਬਿਜ਼ੀ ਹੋ ਗਏ ਹੋ ਕਮਾਕਾਰਾਂ 'ਚ ਤੁਸੀਂ ਵਿਆਹ-ਵਿਹੁ ਵਿੱਚ ਬਿਜ਼ੀ ਹੋ ਗਏ ਹੋ ਵਿਆਹ ਰੱਖ ਲਿਆ ਲੱਡੂ ਵੀ ਬਹਲਵਾਈ ਵੀ ਲਾਉਣਾ ਹੁੰਦਾ ਹੈ ਟੈਂਟ ਵੀ ਲਾਉਣਾ ਹੁੰਦਾ ਹੈ ਡੀਜੇ ਵਾਲਾ ਵੀ ਸੱਦਣਾ ਹੁੰਦਾ ਹੈ ਲੋਕਾਂ ਨੂੰ ਵੀ ਸੱਦਾ ਪੱਤਰ ਦੇਣਾ ਤੁਸੀਂ ਵਿਆਹ ਜਿਹੀ ਹੋਗੇ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਜੰਗਲ ਦਾ ਜੜਾ ਕਰ ਦਿੱਤਾ ਠੀਕ ਹੈ ਨਾ ਪੰਜਾਬ ਦੇ ਲੋਕ ਤੁਸੀਂ ਇਹ ਬੰਦਾ ਲੱਭ ਕੇ ਲਿਆਉਣਾ ਇਸ ਬੰਦੇ ਨੂੰ ਦੱਸਣਾ ਵੀ ਤੁਸੀਂ ਭਾਈ ਜੀ ਪਿਛਲੀ ਵਾਰੀ ਵੀ ਬਚਾਇਆ ਸੀ ਤੁਸੀਂ ਜੰਗਲ ਨੂੰ ਇਸ ਵਾਰੀ ਪੰਜਾਬ ਦੇ ਮੁੱਖ ਮੰਤਰੀ ਨੇ ਬੜੀ ਸਕੀਮ ਦੇ ਨਾਲ ਕਹਾਣੀ ਪਾਈ ਹੈ ਇਧਰ ਲੈ ਟੇਡੇ ਮੇਡੇ ਹੱਥਾਂ ਦੇ ਨਾਲ ਉਹਨਾਂ ਨੇ ਨਾਂ ਨੂੰ ਬਦਲ ਕੇ ਉਹ ਜੰਗਲ ਵੜਦਣ ਲੱਗੇ ਨੇ ਲੋਕਾਂ ਦਾ ਜਾੜਾ ਕਰਦਣ ਲੱਗੇ ਨੇ ਤੇ ਤੁਸੀਂ ਹੋ ਗਏ ਹੋ ਵਿਆਹ ਦੇ ਵਿੱਚ ਬੀਜੀ ਹਲਵਾਈ ਤੁਸੀਂ ਬਿਠਾ ਲਿਆ ਹਲਵਾਈ ਲੱਗਾ ਰਹੂਗਾ ਲੱਡੂ ਅਸੀਂ ਤੁਹਾਡੇ ਨਾਲ ਵਟਾ ਦਾਂਗੇ ਤੁਸੀਂ ਛੇਤੀ ਛੇਤੀ ਆਓ ਉਧਰ ਜੰਗਲ ਵੜਦਣ ਲੱਗੇ ਨੇ ਸਾਰੇ ਦਾ ਸਾਰਾ ਜੰਗਲ ਦਾ ਕੰਮ ਕਰਦਣ ਲੱਗੇ ਨੇ ਸੋ ਇਹ ਹੈ ਜੀ ਰਾਜਨੀਤੀ ਪੰਜਾਬ ਦੇ ਲੋਕੋ ਇਹ ਆ ਤੁਹਾਡੇ ਹਾਲਾਤ ਅਸਲ ਦੇ ਵਿੱਚ ਹੁਣ ਫੈਸਲਾ ਤੁਸੀਂ ਕਰਨਾ ਹੈ ਅਸਲ ਜਿਹੜੇ ਹਾਲਾਤ ਨੇ ਅੱਜ ਦੇ ਉਹ ਮੈਂ ਤੁਹਾਨੂੰ ਦੱਸਦਾ ਇਹ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਐ ਤੁਸੀਂ ਵਿਆਹਾਂ ਦੇ ਵਿੱਚ ਬਿਜ਼ੀ ਹੋ ਜੋ ਤੁਸੀਂ ਉੱਥੇ ਇੱਕ-ਇੱਕ ਘੰਟੇ ਦੇ ਪ੍ਰੋਗਰਾਮ ਵਿਆਹਾਂ ਦੇ ਉੱਤੇ ਦੇ ਦਿਓ ਤੁਸੀਂ ਉੱਥੇ ਹਲਵਾਈ ਦਾ ਇੰਟਰਵਿਊ ਲੈ ਲਿਓ ਉੱਥੇ ਟੈਂਟ ਲਾਉਣ ਵਾਲੇ ਦੀ ਹੀ ਇੰਟਰਵਿਊ ਲੈ ਲਿਓ ਉੱਥੇ ਦਿੱਲੀੋਂ ਆਏ ਹੋਏ ਕੇਜਰੀਵਾਲ ਹੁਣਾ ਦੀ ਇੰਟਰਵਿਊ ਲੈ ਲਿਓ ਪਰ ਐਸ ਮਾਂ ਦੇ ਪੁੱਤ ਦੀ ਇੰਟਰਵਿਊ ਕਿਉਂ ਨਹੀਂ ਲਈ ਗਈ ਦੱਸੋ ਮੈਨੂੰ ਤੁਸੀਂ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਇਹ ਮਾਪਿਆਂ ਦਾ ਇਕੱਲਾ ਪੁੱਤ ਮਰ ਗਿਆ ਇਨੂੰ ਬਚਾਉਣ ਦੇ ਲਈ ਕੋਈ ਇੰਟਰਵਿਊ ਕਰਨ ਲਈ ਆਇਆ ਉੱਥੇ ਹਲਵਾਈਆਂ ਦੀਆਂ ਇੰਟਰਵਿਊਆਂ ਤੁਹਾਨੂੰ ਸੁਝਦੀਆਂ ਪਈਆਂ ਨੇ ਐਸ ਮਾ ਦੇ ਪੁੱਤ ਦੀ ਜ਼ਿੰਦਗੀ ਦੇ ਨਾਲ ਖੇលਿਆ ਗਿਆ ਇਹਨੂੰ ਬਚਾਉਣ ਵਾਲਾ ਕੋਈ ਨਹੀਂ ਆਇਆ ਇਹਦੀ ਇੰਟਰਵਿਊ ਕਿਸੇ ਨੇ ਲਈ ਉੱਥੇ ਟੈਂਟ ਕਿਹੜਾ ਲੱਗੂਗਾ ਉੱਥੇ ਵਿਆਹ ਕਿਹੜਾ ਹੋਊਗਾ ਡਿਗਰੀ ਕਿੱਥੋਂ ਕੀਤੀ ਹੈ ਉਹ ਕਿੱਥੇ ਰਹਿੰਦੇ ਨੇ ਇਹ ਤਾਂ ਸਾਰੇ ਉੱਥੇ ਚੈਨਲਾਂ ਦੇ ਉੱਤੇ ਚਲਾਈ ਜਾ ਰਹੇ ਨੇ ਤੇ ਇਹ ਮਾ ਦੇ ਪੁੱਤ ਦੀ ਵੀ ਗੱਲ ਕਰ ਲਓ ਕੋਈ ਇਹ ਤੁਹਾਡੇ ਘਰਾਂ ਚੋਂ ਆਏ ਜਿਹੜੇ ਅਮਰੀਕਾ ਕੈਨੇਡਾ ਚ ਆਪਾਂ ਧੱਕੇ ਖਾਣਦੇ ਆਂ ਮਾਪਿਆਂ ਦਾ ਕੱਲਾ ਕੱਲਾ ਪੁੱਤ ਹੈ ਅੱਜ ਨਸ਼ੇ ਦੇ ਨਾਲ ਇਹਦੀ ਮੌਤ ਹੋ ਚੁੱਕੀ ਹੈ ਤੇ ਇਸ ਨੌਜਵਾਨ ਦੀ ਉਮਰ ਚਲੋ ਭਗਵੰਤ ਮਾਨ ਹੁਣਾਂ ਦੀ ਜਿਹੜੇ ਨਵੇਂ ਵਾਈਫ ਨੇ ਉਹਨਾਂ ਦੀ ਉਮਰ ਤਾਂ 29 ਸਾਲ ਹੈ ਪਰ ਇਹਦੀ 21 ਸਾਲ ਹੈ 21 ਸਾਲ ਭਗਵੰਤ ਮਾਨ ਹੁਣਾਂ ਦੇ ਪੁੱਤਰ ਦੀ ਉਮਰ ਦਾ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਪੁੱਤਰ ਦੇ ਉਮਰ ਦਾ ਹੈ ਇਹ ਮਾਂ ਆਪਣੇ ਪੁੱਤ ਦੇ ਉੱਤੇ ਗਲਗਿ ਨਹੀਂ ਲਾ ਸਕੀ ਕੱਲੀ ਇਹ ਹੀ ਖਬਰ ਨਹੀਂ ਹੈ ਜੀ ਤੁਹਾਨੂੰ ਆ ਬੱਚੇ ਦੀ ਉਮਰ ਦੇਖ ਲਓ ਤੁਸੀਂ ਫੋਟੋ ਤੋਂ ਅੰਦਾਜ਼ਾ ਲਾ ਸਕਦੇ ਹੋ ਤਨੋਲਾ ਦਾ ਗगन ਗगन ਹੈ ਜੀ ਤੇ ਅੱਜ ਇਹਦੀ ਖਬਰ ਆ ਗਈ ਹੈ ਤੇ ਤੁਹਾਡੇ ਤੱਕ ਪੁੱਜ ਗਈ ਹੈ ਤੇ ਇਹੋ ਜੇ ਹੋਰ ਪਤਾ ਨਹੀਂ ਕਿੰਨੇ ਬੱਚੇ ਜਿਹੜੇ ਆ ਅੱਜ ਮਰੇ ਹੋਣੇ ਨੇ ਤੇ ਦੂਸਰੇ ਬੰਨੇ ਇੱਕ ਨੌਜਵਾਨ ਕੰਧ ਦੇ ਉੱਤੇ ਕਿਸੇ ਨੇ ਛਾਪਾ ਲਾ ਦਿੱਤਾ ਕਰਨਾਲ ਦੀ ਕੰਧ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦਾ ਤੇ ਪੁਲਿਸ ਉਹਨੂੰ ਚੱਕੀ ਫਿਰਦੀ ਐ ਵੀ ਭਾਈ ਅਸੀਂ ਬਹੁਤ ਵੱਡਾ ਬੰਦਾ ਫੜ ਲਿਆ ਹੈ ਦੇਸ਼ ਧਰੋਹੀ ਫੜ ਲਿਆ ਹੈ ਅਸੀਂ ਇਹਨੂੰ ਜੇਲਾ ਚ ਕਰਦਾਂਗੇ ਇਹ ਦੇਖੋ ਜੀ ਇਹਨਾਂ ਨੇ ਪੈਸੇ ਦੇ ਲਾਲਚ ਕਰਤਾ ਹੁਣ ਆਹ ਮਾਂ ਦੇ ਪੁੱਤ ਦੀ ਵੀ ਕੋਈ ਗੱਲ ਕਰਕੇ ਦਿਖਾਓ ਵੀ ਭਾਈ ਇਹਨੂੰ ਕਿੰਨੇ ਮਾਰਿਆ ਕਿੰਨੇ ਇਹਨੂੰ ਨਸ਼ਾ ਦਿੱਤਾ ਉਹਨੂੰ ਤਾਂ ਹਜ਼ਾਰ ਦੇ ਰੁਪਏ ਪਿੱਛੇ ਤੁਸੀਂ ਕਹਿੰਦੇ ਜੀ ਹਜ਼ਾਰ ਡਾਲਰ ਪਿੱਛੇ ਫੜ ਲਿਆ ਏ ਜੀ ਵਿਗੜ ਗਏ ਸੀ ਇਹ ਖਰਾਬ ਹੋ ਗਏ ਸੀ ਇਹ ਅੱਤਵਾਦੀਆਂ ਨਾਲ ਰਲ ਗਏ ਸੀ ਤੇ ਆਹ ਦੱਸੋ ਕਿੰਨਾ ਨਾਲ ਰਲੇ ਹੋਏ ਨੇ ਉਹ ਕਿਹੜੇ ਅੱਤਵਾਦੀ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰੀਆਂ ਕਿਹੜੀ ਸਰਕਾਰ ਨੇ ਉਹਨਾਂ ਨੂੰ ਅੱਤਵਾਦੀ ਕਿਹਾ ਜਿਸ ਬੱਚੇ ਦੇ ਹੱਥ ਦੇ ਵਿੱਚ ਰੰਗ ਵਾਲਾ ਕੈਨ ਹੈ ਤੇ ਉਹ ਕੰਧ ਦੇ ਉੱਤੇ ਇੱਕ ਖਾਲਿਸਤਾਨ ਲਿਖਦਾ ਹੈ ਉਹ ਅੱਤਵਾਦੀ ਵੀ ਬਣ ਗਿਆ ਦੇਸ਼ ਧ్రోਹੀ ਵੀ ਬਣ ਗਿਆ ਤੇ ਉਹਦੀ ਜ਼ਮਾਨਤ ਵੀ ਕਹਿੰਦੇ ਅਸੀਂ ਨਹੀਂ ਹੋਣ ਦੇਣੀ ਤੇ ਜਿਸ ਨੇ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰੀਆਂ ਨੇ ਉਹ ਗੈਂਗਸਟਰ ਹੈ ਤੇ ਜੇ ਇਸ ਨੇ ਆ ਮਾਂ ਦੇ ਪੁੱਤ ਮਾਰੇ ਨੇ ਜਿਨ੍ਹਾਂ ਨੇ ਨਸ਼ਾ ਵੇਚਿਆ ਉਹ ਕੀ ਨੇ ਦੱਸੋ ਭਾਈ ਉਹ ਕੀ ਨੇ ਜਿਨ੍ਹਾਂ ਨੇ ਆ ਪੁੱਤ ਦੀ ਜਾਨ ਲਈ ਹੋਈ ਹੈ ਇਹ ਤਸਵੀਰਾਂ ਨੋਟ ਕਰੋ ਕਾਪੀ ਲਵਾਈ ਹੋਈ ਹੈ ਨਾ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਅੱਜ ਭਗਵੰਤ ਮਾਨ ਹੁਣਾਂ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਆਹ ਦੇ ਚਰਚੇ ਨੇ ਜਿਹੜਾ ਉਹਨਾਂ ਦਾ ਨਿੱਜੀ ਕੰਮ ਹੈ ਇਸਾ ਦੀ ਜ਼ਿੰਦਗੀ ਦੇ ਦਖਲ ਅੰਦਾਜ਼ੀ ਨਹੀਂ ਉਹ ਵਿਆਹ ਕਰਾਉਣ 1 ਕਰੋੜ 2 ਕਰੋੜ 3 ਕਰੋੜ 4 ਕਰੋੜ 5 ਕਰੋੜ ਇਹ ਉਹਨਾਂ ਦੀ ਮਰਜ਼ੀ ਹੈ ਇਹ ਉਹਨਾਂ ਦਾ ਨਿੱਜੀ ਮੈਟਰ ਹੈ ਆਹ ਨਿੱਜੀ ਮੈਟਰ ਨਹੀਂ ਹੈ ਜਿੱਥੇ ਪੰਜਾਬ ਦੇ ਜਿੰਨੀ ਜਿਹੜੀ ਡਿਊਟੀ ਉਹਨਾਂ ਨੂੰ ਦਿੱਤੀ ਹੋਈ ਸੀ ਮਾਵਾ ਦੇ ਪੁੱਤ ਬਚਾਉਣ ਦੀ ਉਹ ਇਹਨੂੰ ਭੁੱਲ ਚੁੱਕੇ ਨੇ ਆਹ ਜਿਹੜੀ ਡਿਊਟੀ ਆ ਬੰਦਾ ਲੱਭ ਕੇ ਲਿਆਉਣ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਸੀ ਜਿਹੜਾ ਮੱਤੇਵਾਲਾ ਤੇ ਜੰਗਲਾਂ ਦਾ ਧਰਨੇ ਲਈ ਬੈਠਾ ਸੀ ਐਡੀ ਸ਼ੇਤੀ ਤਾਂ ਗਰਗਟ ਵੀ ਰੰਗ ਨਹੀਂ ਬਦਲਦਾ ਐਡੀ ਸ਼ੇਤੀ ਤਾਂ ਗਿਰਗੜ ਦਾ ਰੰਗ ਵੀ ਜਿਹੜਾ ਨਹੀਂ ਉਹ ਉਹ ਨਹੀਂ ਪੈਂਦਾ ਆ ਮਾਵਾ ਦੇ ਪੁੱਤ ਭੁੱਲ ਗਏ ਨੇ ਅੱਜ 2-2 ਘੰਟੇ ਦੇ ਪ੍ਰੋਗਰਾਮ ਉਹ ਜੀ ਅ ਅਚਕਨ ਪਾਉਣਗੇ ਉਹ ਜੀ ਕੀ ਪਾਉਣਗੇ ਉਹ ਜੀ ਜੁੱਤੀ ਕਿਹੜੀ ਪਾਉਣਗੇ ਤੇ ਆ ਮਾਵਾ ਦੇ ਪੁੱਤਾਂ ਦਾ ਵੀ ਦਿਖਾ ਦਿਓ ਕੋਈ ਹਾਲ ਸੋ ਅੱਜ ਬਹੁਤ ਵੱਡਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਲੰਡਰ ਜਿਹੜਾ ਉਹ ਆਇਆ ਹੋਇਆ ਹੈ ਬਹੁਤ ਸਾਰੇ ਕਮੈਂਟ ਅਕਸਰ ਇਹ ਕਰਵਾਇਤ ਹੁੰਦੀ ਹੈ ਵੀ ਜਦੋਂ ਗੁਰਦੁਆਰੇ ਚ ਲਾੜਾ ਜਾਂਦਾ ਤੇ ਉਹ ਸ੍ਰੀ ਸਾਹਿਬ ਪੰਜਾਬ ਚ ਰਵਾਇਤ ਇਹ ਬਾਕੀ ਇਲਾਕਿਆਂ ਚ ਵੀ ਰਵਾਇਤ ਇਕੱਲੀ ਪੰਜਾਬ ਚ ਨਹੀਂ ਹੈ ਉਹ ਸ੍ਰੀ ਸਾਹਿਬ ਲੈ ਕੇ ਜਾਂਦਾ ਤੇ ਬਹੁਤਿਆਂ ਨੇ ਅੱਜ ਮਜ਼ਾਕ ਕੀਤਾ ਹੋਇਆ ਹੈ ਵੀ ਭਾਈ ਹੁਣ ਝਾੜੂ ਲੈ ਕੇ ਜਾਣਗੇ ਗੁਰਦੁਆਰੇ ਆਲੇ ਕੀ ਕੀ ਕਹਿਣਗੇ ਵੀ ਭਾਈ ਝਾੜੂ ਬਾਹਰ ਰੱਖ ਕੇ ਉਹ ਸ੍ਰੀ ਸਾਹਿਬ ਤਾਂ ਚਲੋ ਆਪਾਂ ਗੋਲਗ ਦੇ ਉੱਤੇ ਵੀ ਰੱਖਾਂਗੇ ਤੇ ਮਹਾਰਾਜ ਦੇ ਆਲੇ ਦੁਆਲੇ ਵੀ ਸੋ ਇਹ ਜੋਕ ਹੈ ਜੀ ਜੋਕ ਨੂੰ ਜੋਕ ਵਜੋਂ ਲੈਣਾ ਚਾਹੀਦਾ ਹੈ ਬਸ ਸੀਰੀਅਸ ਗੱਲ ਨੂੰ ਸੀਰੀਅਸ ਗੱਲ ਵਜੋਂ ਲੈਣਾ ਚਾਹੀਦਾ ਹੈ ਵਿਆਪામਿਓ ਜੋਦ ਦਾ ਮਰਜੀ ਕਰਨਾ ਸਾਦਾ ਕਰਨਾ ਮਹਿੰਗਾ ਕਰਨਾ ਪਰ ਪੰਜਾਬ ਦੀ ਨੌਜਵਾਨੀ ਬਾਰੇ ਜਵਾਬ ਜ਼ਰੂਰ ਦੇ ਦੇਣ ਤੇ ਖਾਸ ਤੌਰ ਤੇ ਉਹ ਬੇ ਫੇਸਬੁਕੀ ਵਿਦਵਾਨ ਜਿਹੜੇ ਨੇ ਉਹ ਹੁਣ ਕਿੱਥੇ ਖੂਜੇ ਲੁਗੇ ਨੇ ਜਿਹੜੇ ਕਹਿੰਦੇ ਸੀ ਕੁਰਬਾਨੀ ਹੋਗੀ ਕੁਰਬਾਨੀ ਕਰ ਦਿੱਤੀ ਕਿੱਥੇ ਗਈ ਕੁਰਬਾਨੀ ਹੁਣ ਕੁਰਬਾਨੀ ਤਾਂ ਵਾਪਸ ਦੇਣੀ ਪੈਣੀ ਉਹਨਾਂ ਨੂੰ ਹੁਣ ਦਿਓ ਕੁਰਬਾਨੀ ਵਾਪਸ ਸੋ ਇਸੇ ਤਰ੍ਹਾਂ ਹੀ ਅ ਵਿਆਹ ਦੇ ਕਾਰਜਾਂ ਕਰਕੇ ਭਗਵੰਤਬਾਨ ਹੋਣੀ ਕਿ ਹੁਣ ਵਿਆਹ ਜ਼ਰੂਰੀ ਹੈ ਕਿ ਆ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਜ਼ਰੂਰੀ ਹੈ ਕੱਲ ਮੀਟਿੰਗ ਦਾ ਸਮਾਂ ਦਿੱਤਾ ਸੀ ਉਹਨਾਂ ਨੇ ਕਿਹਾ ਜੀ ਕਾਰਡ ਵੰਡਣੇ ਨੇ ਮੈਂ ਚਲੋ ਇਹ ਤਾਂ ਆਪਾਂ ਗੱਲਬਾਤ ਬਣਾਈ ਹੋਈ ਹੈ ਸੋ ਕਿਸਾਨ ਜਥੇਬੰਦੀਆਂ ਕੱਲ ਮਿਲਣ ਗਈਆਂ ਸੀ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਉਹਨਾਂ ਨੇ ਮਿਲਣ ਦਾ ਜਿਹੜਾ ਟਾਈਮ ਨਹੀਂ ਦਿੱਤਾ ਉਹਨਾਂ ਨੇ ਕਿਹਾ ਜੀ ਮੈਂ ਕਾਰਡ ਕੂਡ ਵੰਡਣੇ ਨੇ ਜਾਣਾ ਹੈ ਉਰੇ ਪਰੇ ਜਾਣਾ ਹੈ ਰਿਸ਼ਤੇਦਾਰਾਂ ਨੂੰ ਵੀ ਸੱਦਾ ਪੱਤਰ ਦੇਣਾ ਹੈ ਕੇਜਰੀਵਾਲ ਉਹਨਾਂ ਨੇ ਵਿਆਹ ਦੇ ਉੱਤੇ ਵੀ ਆਉਣਾ ਹੈ ਡੀਜੇ ਵੀ ਲਾ ਸਕਦੇ ਆ ਨਿੱਜੀ ਪਾਰਟੀ ਹੈ ਡੀਜੇ ਵੀ ਚੱਲ ਸਕਦਾ ਹੈ ਤੇ ਵਿਆਹਾਂ ਸ਼ਾਦੀਆਂ 'ਚ ਅੱਜਕੱਲ ਖਰਚੇ ਬਹੁਤ ਹੁੰਦੇ ਨੇ ਕਿਉਂਕਿ ਉੱਥੇ दारू ਵੀ ਸਸਤੀ ਹੋਈ ਹੋਈ ਸੀ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਪਲੌਣੀ ਕਿ ਨਹੀਂ ਪਲੌਣੀ ਪਰ दारू ਸਸਤੀ ਹੋਈ ਹੋਈ ਸੀ ਅੱਦੇ ਰੇਟ ਦੇ ਉੱਤੇ दारू ਵੀ ਕੀ ਆ ਪਿਛਲੇ ਦਿਨਾਂ 'ਚ ਅੱਜਕੱਲ ਬਹੁਤ ਦਰਵਾਜਾ ਹੈ ਵੈਸੇ ਤਾਂ ਇਹ ਚੰਗੀ ਗੱਲ ਨਹੀਂ ਹੈ दारू ਛੱਡਣੀ ਚਾਹੀਦੀ ਹੈ ਇਹ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਸਿਗਰਟ ਹਾਨੀਕਾਰਕ ਹੈ ਨਸ਼ਾ ਹਾਨੀਕਾਰਕ ਹੈ ਪਰ ਕੈਪਟਨ ਮਰਿੰਦਰ ਸਿੰਘ ਕਹਿੰਦੇ ਸੀ ਇਹ ਤਾਂ ਨਸ਼ਾ ਹੀ ਹੈ ਨੀਗਾ ਸ਼ਾਇਦ ਕੈਪਟਨ ਮਰਿੰਦਰ ਸਿੰਘ ਦੇ ਲਈ ਨਸ਼ਾ ਨਾ ਹੋਵੇ ਪਰ ਆ ਆਇਆ ਜੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਹਿੰਦੀਆਂ ਸੀ ਅਸੀਂ ਮੋਰਚੇ ਦੀ ਅਗਵਾਈ ਕਰਦੀਆਂ ਨੇ ਹੁਣ ਇਹ ਕਹਿ ਰਹੀਆਂ ਨੇ ਸਾਡੇ ਨਾਲ ਧੋਖਾ ਹੋ ਗਿਆ ਜਿਹੜੇ ਭੈਣ ਭਰਾ ਸਾਨੂੰ ਫੋਨ ਕਰ ਕਰਕੇ ਕਹਿੰਦੇ ਹੁੰਦੇ ਸੀ ਕਿਸਾਨ ਜਥੇਬੰਦੀਆਂ ਨੂੰ ਨਾ ਕਹੋ ਕਿਸਾਨ ਜਥੇਬੰਦੀਆਂ ਨੂੰ ਪੁੱਛੋ ਉਹ ਪਤਾ ਕਰਕੇ ਦੱਸਣਗੇ ਵੀ ਧੋਖਾ ਹੋਇਆ ਕੀ ਹੈ ਇਹਨਾਂ ਦੇ ਨਾਲ ਮੋਰਚਾ ਤਾਂ ਝਿੱਤ ਕੇ ਆਏ ਨੇ ਕਹਿੰਦੇ ਨੇ ਧੋਖਾ ਕੀ ਹੋਇਆ ਹੈ ਇਹਨਾਂ ਦੇ ਨਾਲ ਇਹ ਤਾਂ ਸਮਾਰਕ ਨਹੀਂ ਬਣਾ ਸਕੀ ਇੱਕ ਉੱਥੇ ਮੋਦੀ ਦੇ ਨਾਲ ਸਮਝੌਤਾ ਹੋਇਆ ਹੈ ਇਹਨਾਂ ਦੇ ਸਰਕਾਰ ਦੇ ਨਾਲ ਸਮਝੌਤਾ ਕੀਤਾ ਤੇ ਅੱਜ ਇਹ ਕਹਿ ਰਹੇ ਨੇ ਸਾਡੇ ਨਾਲ ਧੋਖਾ ਹੋ ਗਿਆ ਇਹ ਧੋਖਾ ਪਿਛਲੇ 70 ਸਾਲਾਂ ਚੋਂ ਕਿਸਾਨਾਂ ਨਾਲ ਹੁੰਦਾ ਹੈ ਤੁਸੀਂ ਪਿਛਲੇ 4 ਸਾਲਾਂ ਦਾ ਰਿਕਾਰਡ ਕੱਢ ਕੇ ਦੇਖ ਲਓ ਆ ਹੁਣੇ ਹੀ ਲੱਡੂ ਭਗਵੰਤ ਮਾਨ ਨੂੰ ਜਫੀ ਭਾ ਕੇ ਆਏ ਸੀ ਨਾ ਗੰਨੇ ਦੇ ਪੈਸੇ ਦੇ ਉੱਤੇ ਵੀ ਗੰਨੇ ਦੇ ਪੈਸੇ ਅਸੀਂ ਉਹ ਕਹਿੰਦਾ ਟਾਈਮ ਤਾਂ ਦਓ ਜਫੀ ਭਾ ਕੇ ਬਾਹਰ ਆ ਗਏ ਹੁਣ ਕਹਿੰਦੇ ਗੰਨੇ ਦੇ ਪੈਸੇ ਨਹੀਂ ਮਿਲਦੇ ਕੈਪਟਨ ਅਮਰਿੰਦਰ ਦੇ ਮੂੰਹ 'ਚ ਲੱਡੂ ਪਾਏ ਸੀ ਗੰਨੇ ਦੇ ਪੈਸਿਆਂ ਦੇ ਉੱਤੇ ਨੂੰ ਪਗਾਇਆ ਉਥੇ ਮੋਰਚਾ ਲੱਗਿਆ ਚਰਨਜੀਤ ਸਿੰਘ ਚੰਨੀ ਦੇ ਉੱਤੇ ਉਹਦੇ ਮੂੰਹ 'ਚ ਵੀ ਲੱਡੂ ਧੱਕਿਆ ਸੀ ਪੇਸਟਰੀ ਧੱਕੀ ਸੀ ਅੱਜ ਕਹਿੰਦੇ ਸਾਡੇ ਨਾਲ ਧੋਖਾ ਹੋ ਗਿਆ ਹੁਣ ਫੈਸਲਾ ਲੋਕਾਂ ਨੇ ਕਰਨਾ ਵੀ ਇਹ ਆਦਤ ਪੈ ਗਈ ਹੈ ਧੋਖਾ ਕਰਾਉਣ ਦੀ ਲੋਕਾਂ ਨੂੰ ਸੱਦ ਕੇ ਸੜਕਾਂ ਤੇ ਬਿਠਾ ਕੇ ਤੇ ਜਦੋਂ ਸਰਕਾਰ ਕਹਿੰਦੀ ਹੈ ਜੀ ਸਾਡੇ ਨਾਲ ਗੱਲਬਾਤ ਕਰ ਲਓ ਗੱਲਬਾਤ ਕੀਤੀ ਲੋਕਾਂ ਨੂੰ ਘਰੋਂ ਭੇਜ ਦਿੱਤਾ ਬਾਅਦ ਉਹ ਜੀ ਸਾਡੇ ਨਾਲ ਧੋਖਾ ਹੋ ਗਿਆ ਆਜੋ ਲੋਕੋ ਆਜੋ ਵਾਪਸ ਆਜੋ ਤੁਸੀਂ ਪਿਛਲੇ 70 ਸਾਲਾਂ ਚ ਮੈਨੂੰ ਇੱਕ ਕੇਸ ਲਿਆ ਕੇ ਦੇ ਦਿਓ ਕੱਢ ਕੇ ਇਹਨਾਂ ਦਾ ਇੱਕ ਕੇਸ ਚਾਹੇ ਪੰਜਾਬ ਦੇ ਮੁੱਖ ਮੰਤਰੀ ਹੋਣ ਕਿਦਣ ਪੰਜਾਬ ਦੇ ਹੱਕ ਚ ਵਿੱਚ ਉਹ ਜਿਹੜੇ ਆ ਉਹ ਆਏ ਨੇ ਆ ਦੇ ਕੱਲੇ ਹੀ ਨਹੀਂ ਆ ਦੂਸਰਿਆਂ ਦਾ ਵੀ ਹਾਲ ਦੇਖ ਲਈਏ ਧਾਰਮਿਕ ਜਥੇਬੰਦੀਆਂ ਦਾ ਕਦੀ ਖੂਨ ਦਾ ਪਿਆਲਾ ਦੇ ਤੱਕ ਦੀ ਮੋਰਚਾ ਲਾ ਲਿਆ ਇੱਥੇ ਬੰਦੀ ਸਿੰਘ ਰਿਆ ਕਰ ਦੋ ਇੱਥੇ ਫਲਾਣਿਆਂ ਨੂੰ ਫੜ ਲਓ ਇੱਥੇ ਜੀ ਐਸ ਆਈਟੀ ਬਣਾਤੀ ਹੁਣ ਇਨਸਾਫ ਹੋ ਜਾਣਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਸਾਨੂੰ ਮਿਲ ਜਾਣਾ ਬੇਦਵੀਆਂ ਦਾ ਆ ਉਹਨਾਂ ਨੇ ਕੱਲ ਪਰਸੋ ਪਰਚਾ ਸ਼ਾਪ ਕੇ ਦੇ ਦਿੱਤਾ ਉਹ ਕਹਿੰਦੇ ਜੀ ਆਹ ਦੇਖੋ ਜੀ ਸਿੱਟ ਦੀ ਰਿਪੋਰਟ ਆ ਗਈ ਉਹ ਹਣ ਲੋਕ ਕਹਿੰਦੇ ਵੀ ਭਾਈ ਇੱੱਚੇ ਤਾਂ ਕੁਝ ਹੈ ਹੀ ਨਹੀਂ ਆ ਕੀ ਡਰਾਮਾ ਖੜਿਆ ਹੈ ਤੁਸੀਂ ਉਹ ਕਹਿੰਦੇ ਸਾਨੂੰ ਕੀ ਪਤਾ ਚੋਣਾ ਤੋਂ ਪਹਿਲਾਂ ਦੀ ਬਣੀ ਐ ਅਸੀਂ ਥੋੜੀ ਬਣਾਈ ਐ ਜਾਨੀ ਕਿ ਉਹਨਾਂ ਨੇ ਕਹਿਤਾ ਜੀ ਉਹ ਕਹਿੰਦੇ ਚੋਣਾ ਤੋਂ ਪਹਿਲਾਂ ਹੀ ਬਾਦਲਾਂ ਨੂੰ ਕਲੀਨ ਚਿੱਟ ਮਿਲ ਗਈ ਸਾਡਾ ਕੀ ਲੈਣ ਦੇਣਾ ਚਰਨਜੀਤ ਸਿੰਘ ਚੰਨੀ ਨੇ ਕਰ ਦਿੱਤੀ ਸਾਡਾ ਕੀ ਲੈਣ ਦੇਣਾ ਤੇ ਵੋਟਾਂ ਤੋਂ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਸਾਨੂੰ ਸਾਰਾ ਖੁਸ਼ ਪਤਾ ਹੁਣ ਤੁਹਾਨੂੰ ਚੇਤਾ ਹੀ ਭੁੱਲ ਗਿਆ ਹੁਣ ਤੁਸੀਂ ਕਹਿੰਦੇ ਜੀ ਆਹ ਸੈੱਟ ਬਣੀ ਐ ਹੁਣ ਨਵੀਂ ਸੈੱਟ ਬਣਾ ਲਿਓ ਫਿਰ ਆਹ ਦੇਖੋ ਜੀ ਨਵੀਂ ਇਨਕੁਆਰੀ ਆਊਗੀ ਉਦੋਂ ਤਾਂ ਨਾਂ ਲੈ ਕੇ ਉਂਗਲਾਂ ਲੈ ਲੈ ਕੇ ਤੁਸੀਂ ਕਰਦੇ ਸੀ ਵੀ ਆਹ ਬੰਦਾ ਕਾਤਲ ਹੈ ਸਾਨੂੰ ਪਤਾ ਹੈ ਸਾਰੀ ਗੱਲ ਅੱਜ ਹੁਣ ਤੁਹਾਨੂੰ ਚੇਤਕ ਲੱਗੀ ਸੋ ਇਹ ਧਾਰਮਿਕ ਜਥੇਬੰਦੀਆਂ ਦੇ ਹਾਲਾਤ ਨੇ ਜਿਹੜੀ ਗੱਲ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਨੇ ਕਹੀ ਸੀ ਸੋਵਰਨਿਟੀ ਤੇ ਸਲਵਟੇਟ ਰਿਮੀਨੇਸ਼ਨ ਅੱਜ ਦਾ ਪ੍ਰੋਗਰਾਮ ਤੁਸੀਂ ਵਾਰ-ਵਾਰ ਦੇਖਣਾ ਤਾਂ ਜੋ ਤੁਹਾਨੂੰ ਸਮਝ ਪੈ ਸਕੇ ਕਿ ਤੁਹਾਡੇ ਨਾਲ ਹੋਇਆ ਕੀ ਹੈ ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਇੱਥੇ ਹੀ ਸਮਾਪਤੀ ਕਰਨੀ ਹੈ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰੱਖਣੀ ਹੈ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਹੈ ਤੇ ਇਸ ਤੇ ਉਤੇ ਫੀਡਬੈਕ ਵੀ ਦੇਣੀ ਹੈ ਤੇ ਪ੍ਰੋਗਰਾਮ ਨੂੰ ਲੋਕਾਂ ਤੱਕ ਜਰੂਰ ਪਹੁੰਚਦਾ ਕਰੋ ਤਾਂ ਜੋ ਲੋਕਾਂ ਨੂੰ ਸਮਝ ਆ ਸਕੇ ਆਪਣੇ ਹੱਕਾਂ ਦੇ ਬ੍ਰਤੀ ਰਾਜਨੀਤਿਕ ਹੱਕਾਂ ਦੇ ਬ੍ਰਤੀ ਸਾਡਾ ਕੰਮ ਹੈ ਤੁਹਾਨੂੰ ਇਨਫੋਰਮੇਸ਼ਨ ਦੇਣਾ ਕੋਈ ਪੱਖਪਾਤ ਨਹੀਂ ਕਰਨਾ ਸਹੀ ਇਨਫੋਰਮੇਸ਼ਨ ਦੇਣਾ ਤਾਂ ਕਿ ਤੁਸੀਂ ਆਪਣੇ ਰਾਜਨੀਤਿਕ ਫੈਸਲੇ ਆਪ ਲੈ ਸਕੋ ਤੁਸੀਂ ਵੀ ਇੱਕ ਪ੍ਰਭੂ ਸੱਤਾ ਤੇ ਸਲਵ ਡਿਟਰਮਿੰਡ ਹੋ ਸਕੋ ਆਪਣੇ ਘਰ ਦੇ ਵਿੱਚ ਵੀ ਰਾਜਨੀਤਿਕ ਤੌਰ ਤੇ ਇੱਥੇ ਬੁਲਾਉਂਦੇ ਆ ਜੀ ਫਤਿਹ ਤੁਸੀਂ ਦੇਖ ਰਹੇ ਸੀ ਪੋਲਿਟਿਕਸ ਪੰਜਾਬ ਸਕਾਈ ਚੈਨਲ 774 ਦੇ ਉੱਤੇ ਪ੍ਰੋਗਰਾਮ ਰਣਜੀਤ ਨਗਾਰਾ ਬੇਗਰਮ ਸਿੰਘ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ